सत्नाम कर्ता पुरख निरपौ निर्वैर अकाल मूरत अजूनी सैभं गुर प्रसाद तुमरी शरणा तुम्हारी आशा तुम ही सज्जन सोहेले राखो राखनहार दयाला नानक कर के गोले दास तेरे की बेनती रिद कर परगास तुमरी कृपा ते पार ब्रह्मा दोखण को नाश तुमरी कृपा ते पार ब्रह्मा दोखन को नाश वाहे गुरु जी का खालसा वाहे गुरु जी की फतेह जुगो जुग अटल छत्र चवर तख्त दे मालक गरीब निवास सतगुरु श्री गुरु ग्रंथ साहिब महाराज जी की पवित्र हजूरी अंदर जुड़ बैठे सत्संगी गुरु प्यार वालियो आप जी ने धन धन सतगुरु अमरदास जी महाराज जी द्वारा उच्चारण की गुजरी की वार दे अंदर अंदरों आप जी ने अठवीं पौड़ी अते नाल दर्ज एक श्लोक का पाठ सरवण किया है। विचार आरंभ करन तो पहला सारे ही उच्चारण करो जी सतनाम सतनाम श्री वाहे गुरु। इस पौड़ी नाल दर्ज एक श्लोक दी विचार कल दे दीवान अंदर आप जी नाल सांझी कीती सी। आ दूसरे श्लोक दे अंदर सतगुरु गुरु अमरदास महाराज जी सानू जो उपदेश कर रहे हैं गुरु कृपा सदका विचारन दा जतन करिए। महला तीजा मनमुख ऊंदा कौल है ना तिस भगत नाना सतगुरु गुरु अमरदास महाराज जी वचन कारे ने कि जिहड़ा मनमुख मनुख है ओ उल्टिया होया कमल दा फुल है पाप पुठा होया है और उस दे अंदर ना भगती है ते ना प्रभु दा सिमरन है ना प्रभु दा चिंतन है। कौल फुल दा प्रतीक वरते है सतगुरु जी ने पर केड़े कौल फुल दा जिहड़ा पुठा होया है। कौल फुल दा प्रतीक सतगुरु सच्चे पातशाह बाणी दे अंदर परमात्मा लई भी वरते दे ने गुरु लई भी शब्द वरते आ जांदा ते गुरमुखा लई भी वरते आ जांदे। कौल फुल दा खिड़ाओ दा जिक्र करन वास्ते खुशबू दा जिक्र करन वास्ते कि जिवें कमल दे फुल दे अंदर खुशबू है इसे तरह गुरमुख दे अंदर गुणा दी खुशबू हुंदी है नाम दी खुशबू हुंदी है भगती दी खुशबू हुंदी है और कोमलता हुंदी है और चिक्कड़ तो वह बचे हुंदे ने। यह प्रतीक वरतन वास्ते सतगुरु जी कमल दे फुल दा प्रतीक वरतदे ने पर जिहड़ा मनमुख है वह उल्टिया होया है। किस पासे उल्टिया होया क्योंकि एक ब्रह्म है एक ओदी पैदा कीती हुई माया है। यह माया ताकी है छाया
ਜੋ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ, ਉਹਦੀ ਬਣਾਈ ਹੋਈ ਹੈ। ਬ੍ਰਹਮ ਵੱਲੋਂ ਮਨ ਉਲਟਿਆ ਹੋਇਆ ਮਾਇਆ ਦੇ ਵਿੱਚ ਜਿਹਦਾ ਖੁੱਭ ਜਾਏ ਉਹਨੂੰ ਮਨਮੁਖ ਆਖਿਆ ਹੈ, ਕਿਉਂਕਿ ਇਹ ਮਾਇਆ ਵੀ ਜ਼ਿੰਦਗੀ ਅਤੇ ਦੈਵੀ ਜ਼ਿੰਦਗੀ ਹੈ, ਸਾਡੇ ਅੰਦਰ ਹੀ ਹੈ। ਕਿਉਂਕਿ ਅੱਗ ਜਿਹੜੀ ਹੈ ਉਹ ਹੈ ਤੇ ਰੁੱਖ ਦੇ ਵਿੱਚ ਹੀ ਹੈ, ਲੱਕੜੀ ਦੇ ਵਿੱਚ ਹੈ, ਪਰ ਉਹ ਪ੍ਰਗਟ ਤਾਂ ਹੁੰਦੀ ਹੈ ਜੇ ਬਾਹਰੋਂ ਅੱਗ ਲਾਈ ਜਾਵੇ। ਹੈ ਤੇ ਦੈਵੀ ਸੰਪਦਾ ਅਤੇ ਮਾਇਆਵੀ ਸੰਪਦਾ ਜਿੰਨੀ ਹੈ ਮਨੁੱਖ ਦੇ ਅੰਦਰ ਹੈ, ਪਰ ਬਾਹਰੋਂ ਪ੍ਰਗਟ ਹੁੰਦੀ ਹੈ, ਸੰਗਤ ਪ੍ਰਗਟ ਕਰਦੀ ਹੈ। ਗੁਰਮੁਖਾਂ ਦੀ ਸੰਗਤ ਕਰਨ ਵਾਲਾ ਮਨੁੱਖ ਜਿਹੜਾ ਹੈ ਉਹਦੇ ਅੰਦਰੋਂ ਦੈਵੀ ਸੰਪਦਾ ਪ੍ਰਗਟ ਹੋ ਜਾਂਦੀ ਹੈ, ਭਾਵ ਉਹਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਨੇ, ਉਹ ਵੀ ਗੁਰਮੁਖ ਬਣ ਜਾਂਦਾ ਹੈ। ਅਤੇ ਮਨਮੁੱਖਾਂ ਦੇ ਸੰਗ ਵਿੱਚ ਬੈਠਣ ਵਾਲਾ ਮਨੁੱਖ ਜਿਹੜਾ ਹੈ ਉਹ ਮਨਮੁੱਖ ਬਣ ਜਾਂਦਾ ਹੈ। ਮਨਮੁੱਖ ਸੇਤੀ ਸੰਗ ਕਰੇ ਮੁਕਾਲਖ ਦਾਗ ਲਗਾਏ। ਮਨਮੁੱਖਾਂ ਦੀ ਸੰਗਤ ਕਰਨ ਦੇ ਨਾਲ ਅੰਦਰ ਜਿਹੜੀ ਮਾਇਆਵੀ ਵਿਰਤੀਆਂ ਨੇ ਉਹ ਪ੍ਰਗਟ ਹੋ ਜਾਂਦੀਆਂ, ਮਨੁੱਖ ਮਨਮੁੱਖ ਬਣ ਜਾਂਦਾ ਹੈ। ਔਰ ਜਿਹੜਾ ਬ੍ਰਹਮ ਵੱਲੋਂ ਉਲਟਿਆ ਹੋਇਆ ਪਰਮਾਤਮਾ ਵੱਲੋਂ ਉਲਟਿਆ ਹੋਇਆ ਇਨਸਾਨ ਹੈ, ਉਸੇ ਨੂੰ ਹੀ ਮਨਮੁੱਖ ਆਖਿਆ, ਜਿਹੜਾ ਕੇਵਲ ਮਾਇਆਵੀ ਸੰਪਦਾ ਵਿੱਚ ਫਸ ਕੇ ਰਹਿ ਗਿਆ, ਭਾਵ ਔਗੁਣਾਂ ਦੇ ਵਿੱਚ ਫਸਿਆ ਹੋਇਆ। ਔਰ ਜੋ ਬ੍ਰਹਮ ਨਾਲ ਜੁੜਿਆ ਹੈ ਉਹ ਗੁਣਾਂ ਨਾਲ ਜੁੜਿਆ ਹੋਇਆ, ਉਹ ਉਸ ਨੂੰ ਗੁਰਮੁਖ ਆਖਿਆ ਹੈ, ਕਿਉਂਕਿ ਉਸਨੇ ਗੁਰੂ ਦੇ ਰਾਹੀਂ ਆਪਣੇ ਮਨ ਨੂੰ ਸਵਾਰਿਆ। ਮਨਮੁੱਖ ਜਿਹੜਾ ਹੈ ਉਹ ਆਪਣੇ ਮਨ ਦੇ ਮਗਰ ਲੱਗ ਕੇ ਚੱਲਦਾ ਹੈ। ਔਰ ਗੁਰੂ ਸਾਹਿਬ ਜੀ ਨੇ ਪਰਿਭਾਸ਼ਾ ਮਨਮੁੱਖ ਦੀ ਦਿੱਤੀ ਹੈ, ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ। ਇਹ ਮਨਮੁੱਖ ਕਾ ਆਚਾਰ, ਜਿਹੜਾ ਮਨਮੁੱਖ ਦਾ ਆਚਾਰ ਹੈ, ਵਿਵਹਾਰ ਹੈ, ਉਹ ਹੈ ਕਿ ਉਹ ਕਦੇ ਵੀ ਆਪਣੀ ਜ਼ਿੰਦਗੀ ਜਿਉਂਦਿਆਂ ਹੋਇਆਂ ਪ੍ਰਭੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਨਾਮ ਨੂੰ ਕਦੇ ਚੇਤਦਾ ਹੀ ਨਹੀਂ, ਔਰ ਗੁਰੂ ਦੇ ਸ਼ਬਦ ਦੀ ਕਦੇ ਵਿਚਾਰ ਨਹੀਂ ਕਰਦਾ। ਉਸ ਨੂੰ ਆਖਿਆ ਮਨਮੁੱਖ, ਉਹਦਾ ਆਚਾਰ ਵਿਵਹਾਰ ਜਿਹੜਾ ਹੈ ਉਹ ਨਾਮਹੀਣਾ ਹੈ, ਗੁਰੂ ਸ਼ਬਦ ਵਿਚਾਰਹੀਣਾ ਹੈ, ਕਿਉਂਕਿ ਗਿਆਨ ਮਿਲਦਾ ਸਾਨੂੰ ਗੁਰੂ ਸ਼ਬਦ ਦੇ ਵਿੱਚੋਂ, ਜੀਵਨ ਘੜਿਆ ਜਾਂਦਾ ਗੁਰੂ ਸ਼ਬਦ ਦੀ ਟਕਸਾਲ ਦੇ ਵਿੱਚ, ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਸ਼ਬਦ ਨਾਲ ਜੀਵਨ ਘੜਿਆ ਜਾਏਗਾ। ਮਨ ਜਿਹੜਾ ਅਨਘੜਤ ਹੋਇਆ ਉਹ ਘੜਿਆ ਜਾਏਗਾ, ਪਰ ਜਿਹੜਾ ਗੁਰ ਸ਼ਬਦ ਨਾਲ ਜੁੜਦਾ ਹੀ ਨਹੀਂ, ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਨਾ ਸੁਣਦਾ ਹੈ, ਉਹਦਾ ਜੀਵਨ ਕਿਵੇਂ ਬਦਲੇਗਾ? ਤੋ ਉਸ ਨੂੰ ਮਨਮੁੱਖ ਆਖਿਆ ਹੈ। ਔਰ ਪਰਿਭਾਸ਼ਾ ਹੈ, ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ, ਇਹ ਮਨਮੁੱਖ ਕਾ ਆਚਾਰ। ਤੇ ਨਾਲ ਬਚਨ ਆਖੇ ਨੇ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿਹੜੀ ਮਨਮੁੱਖ ਦੀ ਦੋਸਤੀ ਹੈ ਉਹਦਾ ਸੰਬੰਧ ਮਾਇਆ ਹੁੰਦਾ, ਪਰਮਾਤਮਾ ਨਹੀਂ ਹੁੰਦਾ। ਭਗਤ ਦਾ ਸੰਬੰਧ ਭਗਤ ਦੇ ਨਾਲ ਕਾਹਦਾ ਹੈ? ਦੈਵੀ ਸੰਪਦਾ ਦਾ ਹੈ। ਪਰ ਮਨਮੁੱਖ ਦਾ ਕੋਈ ਸੰਗ ਕਰਦਾ ਹੈ, ਦੋਸਤੀ ਕਰਦਾ, ਉਹਦਾ ਆਧਾਰ ਹੈ ਮਾਇਆ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪੈਣ ਬੰਦ। ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿੱਤ ਦਿਨ ਕਿਸ ਨਾ ਹੋਵੀ ਤਿੱਤ ਦਿਨ ਬੋਲਣ ਗੰਧ। ਉਹ ਕਿੰਨਾ ਚਿਰ ਸੰਬੰਧ ਰੱਖਦੇ ਨੇ? ਜਿੰਨਾ ਚਿਰ ਉਹਨਾਂ ਦਾ ਸਵਾਰਥ ਪੂਰਾ ਹੁੰਦਾ। ਜਿਸ ਦਿਨ ਸਵਾਰਥ ਪੂਰਾ ਨਾ ਹੋਇਆ ਤਿੱਤ ਦਿਨ ਉਹਦੇ ਖਿਲਾਫ਼ ਬੋਲਦੇ ਨੇ, ਭਾਵ ਉਹ ਬਹੁਤ ਉਹਦੇ ਪ੍ਰਤੀ ਬੁਰਾ ਬੋਲਦੇ ਨੇ, ਕਿਉਂਕਿ ਆਪਣਾ ਦੋਸਤ ਹੀ ਸਭ ਤੋਂ ਵੱਡਾ ਦੁਸ਼ਮਣ ਹੁੰਦਾ, ਉਹ ਤੋਂ ਵੱਡਾ ਹੋਰ ਕੋਈ ਦੁਸ਼ਮਣ ਨਹੀਂ ਹੁੰਦਾ, ਕਿਉਂਕਿ ਉਹ ਅੰਦਰ ਦੀਆਂ ਸਾਰੀਆਂ ਚੀਜ਼ਾਂ ਜਾਣਦਾ ਹੁੰਦਾ। ਔਰ ਜਦੋਂ ਉਹਦਾ ਸੰਬੰਧ ਟੁੱਟਿਆ ਸਵਾਰਥ ਦੇ ਨਾਲ, ਤੇ ਫਿਰ ਉਹ ਕੀ ਕਰਦਾ? ਉਹਦੇ ਵਿਰੁੱਧ ਬੋਲਦਾ ਹੈ, ਉਹਦੇ ਵਿਰੁੱਧ ਜ਼ਹਿਰ ਉਗਲਦਾ ਹੈ। ਜਿੱਤ ਦਿਨ ਕਿਸ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਮਨਮੁੱਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ, ਧੰਦਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ, ਸੁੱਧ ਮਤ ਕਰਤੈ ਸਭ ਹਿਰ ਲਈ, ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਐ। ਅੰਤਰ ਗਿਆਨ ਅੰਧਾਰ, ਤੇ ਅਖੀਰ ਤੇ ਆਖਿਆ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਪਲੇ ਜਿਨ ਮਾਇਆ ਮੋਹ ਪਿਆਰ। ਕਿਉਂਕਿ ਮਨਮੁੱਖ ਦਾ ਸੰਗ ਕੀਤੇ ਆ, ਮਨਮੁੱਖਤਾਈ ਤੋਂ ਬਚਿਆ ਨਹੀਂ ਜਾ ਸਕਦਾ, ਇਸ ਕਰਕੇ ਭਗਤ ਕਬੀਰ ਜੀ ਨੇ ਆਖਿਆ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ, ਬਾਸਣਕਾਰੋ ਪਰਸੀਐ ਤੋ ਕਸ ਲਾਗੈ ਦਾਗ।
ਪ੍ਰਤੀਕ ਉਹਨਾਂ ਨੇ ਕਾਲੇ ਭਾਂਡੇ ਦਾ ਵਰਤਿਆ ਹੈ। ਕਾਲੇ ਭਾਂਡੇ ਨੂੰ ਹੱਥ ਲੱਗ ਜਾਏ ਸਾਨੂੰ ਪਤਾ ਦਾਗ ਲੱਗੇਗਾ। ਆਖਿਆ ਰੱਬ ਤੋਂ ਟੁੱਟਿਆ ਬੰਦਾ ਸਾਕਤ ਵਿਰਤੀਆਂ ਦੇ ਵਿੱਚ ਵਿਹੜਿਆ ਹੋਇਆ ਮਾਇਆ ਵੀ ਬੰਦਾ ਜਿਹੜਾ ਹੈ ਤੈਂ ਉਹਦੀ ਸੰਗਤ ਨਾ ਕਰੀ। ਵੇਖ ਉਹ ਤੈਨੂੰ ਦਿਖਾਈ ਵੀ ਦਿੰਦਾ ਹੋਵੇ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਮਨਮੁੱਖ ਹੈ ਇਹ ਸਾਕਤ ਵਿਰਤੀ ਵਾਲਾ ਹੈ। ਆਖੇ ਉਹਦੇ ਸੰਗ ਚ ਨਾ ਬੈਠ ਜਾਈ, ਕਿਤੇ ਉਹਦੇ ਕੋਲ ਰੁਕ ਨਾ ਜਾਵੀਂ, ਵੇਖ ਤੈਨੂੰ ਕੋਈ ਨਾ ਕੋਈ ਦਾਗ ਲਾ ਦੇਵੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਰਦੇ ਨੇ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ। ਆਪਣੇ ਮਨ ਨੂੰ ਸਾਕਤ ਵਾਲੇ ਪਾਸੇ ਉਲਟਾ ਲੈ, ਕਿਉਂਕਿ ਸਾਕਤ ਦਾ ਸੰਗ ਕੀਤਿਆਂ ਔਗੁਣ ਬਣਨਗੇ, ਤੇਰਾ ਜੀਵਨ ਬਰਬਾਦ ਹੋ ਜਾਏਗਾ। ਕਿਉਂਕਿ ਸਾਕਤ ਦੇ ਕੋਲ ਨਾ ਭਗਤੀ ਹੈ ਨਾ ਨਾਮ ਹੈ, ਨਾ ਉਹ ਨਾਮ ਲੈਣਾ ਚਾਹੁੰਦਾ ਨਾ ਉਹ ਗੁਰੂ ਕੋਲ ਆਉਣਾ ਚਾਹੁੰਦਾ ਹੈ। ਕਿਉਂਕਿ ਗੁਰਮਤ ਦੇ ਵਿੱਚ ਗੁਰੂ ਸਾਹਿਬ ਜੀ ਨੇ ਮਨਮੁੱਖ ਤੇ ਗੁਰਮੁਖ ਦੀ ਗੱਲ ਕੀਤੀ ਹੈ। ਜਿਹੜਾ ਮਾਇਆਵੀ ਦੁਨੀਆ 'ਚ ਉਲਝ ਕੇ ਰਹਿ ਗਿਆ ਉਹ ਮਨਮੁੱਖ ਹੈ, ਜਿਹਦੇ ਕੋਲ ਦੈਵੀ ਸੰਪਦਾ ਹੈ। ਔਰ ਜਿਸ ਵਾਸਤੇ ਪ੍ਰਭੂ ਜੀ ਨੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਿੱਤਾ ਹੈ, ਜਿਹੜਾ ਉਸ ਸੀਮਾ ਦੇ ਵਿੱਚ ਰੱਖ ਕੇ ਉਹਨਾਂ ਨੂੰ ਵਰਤਦਾ ਹੈ ਉਹ ਗੁਰਮੁਖ ਹੈ। ਕਿਉਂਕਿ ਪੰਜੇ ਚੀਜ਼ਾਂ ਹਰ ਇਨਸਾਨ ਦੇ ਕੋਲ ਨੇ, ਕੋਈ ਵੀ ਮਨ ਇਹਨਾਂ ਤੋਂ ਖਾਲੀ ਨਹੀਂ ਹੈ, ਪਰ ਇਹਨਾਂ ਦੀ ਇੱਕ ਸੀਮਾ ਹੈ ਜਿੱਥੇ ਤੱਕ ਇਹ ਸਾਡਾ ਜੀਵਨ ਸਵਾਰਦੇ ਨੇ, ਉਹ ਤੋਂ ਅੱਗੇ ਵੱਧ ਕੇ ਇਹ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ। ਔਰ ਗੁਰਮੁਖ ਇਹਨਾਂ ਨੂੰ ਸੀਮਾ ਵਿੱਚ ਰੱਖ ਕੇ ਚਲਾਉਂਦਾ ਹੈ, ਇਹ ਗੁਰਮੁਖ ਦੇ ਅੰਡਰ ਚੱਲਦੇ ਨੇ, ਮਨਮੁਖ ਇਹਨਾਂ ਦੇ ਅੰਡਰ ਵਿੱਚ ਚੱਲਦਾ ਹੈ। ਜਿਵੇਂ ਪ੍ਰਤੀਕ ਵਰਤਿਆ ਜਾਂਦਾ ਨਦੀ ਦਾ, ਨਦੀ ਜਿਹੜੀ ਹੈ ਸੀਮਾ 'ਚ ਵਹੇ, ਤੇ ਨਦੀ ਹੈ ਕਿਸੇ ਦੀ ਪਿਆਸ ਬੁਝਾਏਗੀ, ਕਿਸੇ ਦੀਆਂ ਖੇਤੀਆਂ ਹਰੀਆਂ ਕਰੇਗੀ, ਪਰ ਉਹ ਹੀ ਨਦੀ ਆਪਣੀ ਸੀਮਾ ਤੋੜ ਕੇ ਹੜ੍ਹ ਬਣ ਜਾਏ ਤੇ ਉਹ ਫਿਰ ਨੁਕਸਾਨ ਹੀ ਨੁਕਸਾਨ ਕਰਦੀ ਹੈ, ਲਾਭ ਉਹਦਾ ਕੋਈ ਵੀ ਹੁੰਦਾ ਨਹੀਂ। ਤੇ ਜਿਸ ਹਿਰਦੇ ਵਿੱਚ ਵਿਕਾਰਾਂ ਦਾ ਹੜ੍ਹ ਆ ਜਾਵੇ ਉਹ ਆਪ ਵੀ ਉਜੜ ਜਾਏਗਾ, ਸੰਸਾਰ ਨੂੰ ਵੀ ਉਜਾੜਨ ਦਾ ਹੀ ਯਤਨ ਕਰੇਗਾ, ਉਹਦੇ ਅੰਦਰ ਭਗਤੀ ਨਹੀਂ ਹੈ। ਔਰ ਭਗਤੀ ਜਿਹੜੀ ਹੈ ਉਹ ਕਿਵੇਂ ਪੈਦਾ ਹੁੰਦੀ? ਗੁਰੂ ਸਾਹਿਬ ਨੇ ਬਾਣੀ 'ਚ ਆਖਿਆ, ਭੈ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਹੇ ਪ੍ਰਭੂ, ਜੇ ਤੇਰੇ ਨਿਰਮਲ ਭੈ ਤੋਂ ਬਿਨਾਂ ਮਨ ਵਿੱਚ ਤੇਰੇ ਪ੍ਰਤੀ ਪਿਆਰ ਪੈਦਾ ਨਹੀਂ ਹੁੰਦਾ, ਔਰ ਜਿਸ ਹਿਰਦੇ 'ਚ ਪਿਆਰ ਪੈਦਾ ਨਹੀਂ ਹੁੰਦਾ ਉਹ ਭਗਤੀ ਨਹੀਂ ਕਰ ਸਕਦਾ, ਕਿਉਂਕਿ ਹਰ ਭਗਤ ਹਰ ਕਾ ਪਿਆਰ ਹੈ। ਭਗਤੀ ਪ੍ਰਭੂ ਦੀ ਕੀ ਹੈ? ਪ੍ਰਭੂ ਦੇ ਨਾਲ ਪਿਆਰ ਕਰਨਾ। ਔਰ ਭੈ ਬਿਨ ਭਾਉ ਨਾ ਉਪਜੈ, ਰੱਬੀ ਡਰ ਭਾਵ ਨਿਰਮਲ ਭਾਉ ਪ੍ਰਮਾਤਮਾ ਦਾ ਜਿੰਨਾ ਚਿਰ ਅੰਦਰ ਪੈਦਾ ਨਹੀਂ ਇਨਸਾਨ ਦੇ ਹੁੰਦਾ, ਉਹਨਾਂ ਚਿਰ ਉਹਦੇ ਅੰਦਰ ਪ੍ਰੇਮ ਪੈਦਾ ਨਹੀਂ ਹੁੰਦਾ, ਔਰ ਜਿੰਨਾ ਚਿਰ ਪ੍ਰੇਮ ਨਹੀਂ ਉਹਨਾਂ ਚਿਰ ਭਗਤੀ ਨਹੀਂ ਉਹ ਕਰ ਸਕਦਾ। ਕਿਉਂਕਿ ਮਹਾਰਾਜ ਨੇ ਜਪਜੀ ਸਾਹਿਬ 'ਚ ਵੀ ਆਖਿਆ, ਬਿਨ ਗੁਣ ਕੀਤੇ ਭਗਤ ਨਾ ਹੋਏ। ਹੇ ਪ੍ਰਭੂ, ਜੇ ਤੂੰ ਮੇਰੇ 'ਚ ਗੁਣ ਪੈਦਾ ਨਾ ਕਰੇ ਤੇ ਮੇਰੇ ਕੋਲੋਂ ਭਗਤੀ ਨਹੀਂ ਹੋ ਸਕਦੀ, ਭਾਵ ਗੁਣਾਂ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ, ਇਹ ਗੁਣ ਹੋਣੇ ਲਾਜ਼ਮੀ ਨੇ। ਔਰ ਇਹ ਜਿਸ ਤੇ ਪ੍ਰਭੂ ਪ੍ਰਸੰਨ ਹੋਵੇ ਉਸ ਨੂੰ ਸਤਸੰਗ ਵਿੱਚ ਭੇਜਦਾ ਹੈ, ਜਿਸ ਤੇ ਪ੍ਰਭੂ ਪ੍ਰਸੰਨ ਹੋ ਜਾਏ, ਕਿਉਂਕਿ ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ, ਬੰਧਨ ਟੁੱਟਦੇ ਨੇ ਸਤਸੰਗ ਕੀਤਿਆਂ। ਔਰ ਇੱਥੇ ਕੀ ਹੈ? ਗੁਰੂ ਦਾ ਉਪਦੇਸ਼ ਮਿਲਦਾ, ਗੁਰੂ ਦਾ ਉਪਦੇਸ਼ ਮਨੁੱਖ ਦੇ ਬੰਧਨ ਕੱਟ ਦਿੰਦਾ ਹੈ, ਰੋਗ ਮਿਟਾ ਦਿੰਦਾ ਹੈ। ਔਰ ਸਾਹਿਬ ਸਮਝਾਉਂਦੇ ਨੇ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਸਾਧ ਸੰਗਤ ਕਰਨ ਤੋਂ ਬਿਨਾਂ ਰੱਬੀ ਪਿਆਰ ਅੰਦਰ ਪੈਦਾ ਨਹੀਂ ਹੁੰਦਾ। ਔਰ ਜਿੱਥੇ ਪਿਆਰ ਨਹੀਂ ਹੈ ਉੱਥੇ ਯਾਦ ਵੀ ਨਹੀਂ ਹੁੰਦੀ, ਯਾਦ ਹਮੇਸ਼ਾ ਅਸੀਂ ਉਸ ਨੂੰ ਕਰਦੇ ਜਿਹਦੇ ਨਾਲ ਸਾਡਾ ਪਿਆਰ ਹੋਵੇ, ਉਹ ਕਦੇ ਇਨਸਾਨ ਨੂੰ ਭੁੱਲਦਾ ਹੀ ਨਹੀਂ ਹੈ। ਤੇ ਜਿਸ ਹਿਰਦੇ 'ਚ ਰੱਬ ਦੀ ਹੋਂਦ ਹੋਵੇ, ਰੱਬ ਦਾ ਪਿਆਰ ਹੋਵੇ, ਉਹਦੇ ਅੰਦਰੋਂ ਵੀ ਰੱਬੀ ਹੋਂਦ ਕਦੇ ਭੁੱਲਦੀ ਨਹੀਂ ਹੈ, ਉਹ ਕਦੇ ਰੱਬ ਨੂੰ ਤਿਆਗਦਾ ਨਹੀਂ, ਪਰਮੇਸ਼ਰ ਨੂੰ ਤਿਆਗਦਾ ਨਹੀਂ, ਉਹਨੂੰ ਰੱਬ ਦਾ ਨਾਂ ਭੁੱਲਦਾ ਹੀ ਨਹੀਂ, ਉਹਦੇ ਗੁਣ ਭੁੱਲਦੇ ਹੀ ਨਹੀਂ ਹਨ, ਕਿ ਉਹਨੂੰ ਸਮਝ ਆ ਜਾਂਦੀ ਸਭ ਕੁਝ ਕਰਨ ਵਾਲਾ ਵਾਹਿਗੁਰੂ ਹੈ। ਤੇ ਜਦੋਂ ਇਹ ਸਮਝ ਆ ਜਾਂਦੀ ਭਗਤੀ ਨਾਲ ਜੁੜਦਾ ਜੀਵਨ ਸਫਲ ਹੋ ਜਾਂਦਾ, ਜਿੱਥੇ ਭਗਤੀ ਹੈ ਉੱਥੇ ਗੰਦਗੀ ਨਹੀਂ, ਤੇ ਜਿੱਥੇ ਭਗਤੀ ਨਹੀਂ ਉੱਥੇ ਗੰਦਗੀ ਹੈ, ਉੱਥੇ ਸਿਵਾਏ ਗੰਦਗੀ ਤੋਂ ਕੁਛ ਨਹੀਂ ਹੈ। ਔਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਸੰਸਾਰ ਦੇ ਵਿੱਚ ਰਹਿਣ ਵਾਲਾ ਮਨੁੱਖ ਆਪਣੇ ਘਰ ਦੇ ਵਿੱਚ ਗੰਦਗੀ ਨਹੀਂ ਵੇਖਣੀ ਚਾਹੁੰਦਾ,
ਕੋਈ ਵੀ ਇਨਸਾਨ ਗੰਦਗੀ ਇਕੱਠੀ ਕਰਕੇ ਨਹੀਂ ਰੱਖਦਾ, ਗੰਦਗੀ ਨੂੰ ਬਾਹਰ ਸੁੱਟਿਆ ਜਾਂਦਾ ਹੈ। ਪਰ ਦੇਖੋ ਮਨੁੱਖ ਆਪਣੇ ਅੰਦਰ ਕਿੰਨੀ ਗੰਦਗੀ ਇਕੱਠੀ ਕਰਦਾ, ਵਿਕਾਰਾਂ ਦੀ, ਨੰਦਿਆ ਦੀ, ਚੁਗਲੀ ਦੀ, ਕੂੜ ਦੀ, ਹੇਰਾ ਫੇਰੀ ਦੀ, ਔਰ ਕਿਤਨਾ ਉਹਨੂੰ ਯਾਦ ਕਰਕੇ ਰੱਖਣਾ ਪੈਂਦਾ, ਮੈਂ ਉੱਥੇ ਆ ਉਸ ਨੂੰ ਕਿਹਾ ਸੀ ਕਿਤੇ ਮੈਨੂੰ ਭੁੱਲ ਨਾ ਜਾਏ। ਸੱਚ ਨੂੰ ਕਦੇ ਯਾਦ ਨਹੀਂ ਕਰਨਾ ਪੈਂਦਾ, ਜੋ ਅਸੀਂ ਕਿਸੇ ਨੂੰ ਗੱਲ ਕਹੀਏ ਸੱਚੀ ਉਹ ਸਾਡੇ ਅੰਦਰ ਹੀ ਟਿੱਕੀ ਰਹਿੰਦੀ, ਪਰ ਕੂੜ ਨੂੰ ਯਾਦ ਕਰ ਕਰਕੇ ਰੱਖਣਾ ਪੈਂਦਾ ਕਿਤੇ ਭੁੱਲ ਨਾ ਜਾਈਏ। ਵੇਖੋ ਗੰਦਗੀ ਨੂੰ ਬੰਦਾ ਸੰਭਾਲ ਰਿਹਾ, ਤੇ ਹੁਣ ਉਹ ਕਹੇ ਮੇਰਾ ਮਨ ਨਹੀਂ ਟਿਕਦਾ, ਮਨ ਟਿਕੇਗਾ ਕਿਵੇਂ? ਕਿਉਂਕਿ ਗੰਦਗੀ ਜਿਹੜੀ ਹੈ ਉਹਨੂੰ ਟਿਕਣ ਨਹੀਂ ਦੇਵੇਗੀ। ਮਹਾਰਾਜ ਨੇ ਬਚਨ ਹੀ ਆਖੇ ਨੇ, ਭਾਈ ਉਹਨਾਂ ਚਿਰ ਮਨ ਨਹੀਂ ਟਿਕੇਗਾ ਜਿੰਨਾ ਚਿਰ ਗੰਦਗੀ 'ਚ ਰਹੇਗਾ। ਉਦਾਹਰਣ ਗੁਰੂ ਸਾਹਿਬ ਨੇ ਦਿੱਤੀ ਹੈ ਸੋਨੇ ਦੀ, ਜਿਹੜਾ ਅਸ਼ੁੱਧ ਸੋਨਾ ਹੈ ਉਹਨਾਂ ਚਿਰ ਨਹੀਂ ਕੁਠਾਲੀ ਦੇ ਵਿੱਚ ਟਿਕ ਸਕਦਾ ਜਿੰਨਾ ਚਿਰ ਉਹ 'ਚ ਖੋਟ ਹੈ, ਖੋਟ ਮਿਟਦਿਆਂ ਹੀ ਉਹ ਟਿਕ ਜਾਂਦਾ ਹੈ। ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਥਿਰ ਪਇਓ ਹੈ ਬਾਹਰਾ ਤਬ ਤੇ ਥਾਣ ਥਿਰੋ, ਉਦੋਂ ਹੀ ਟਿਕ ਜਾਂਦਾ ਗੰਦਗੀ ਮਿਟ ਜਾਵੇ। ਤਾਂ ਸਤਿਗੁਰੂ ਜੀ ਮਨਮੁੱਖ ਦੀ ਗੱਲ ਕਹਿ ਰਹੇ ਨੇ ਕਿ ਮਨਮੁੱਖ ਉਂਦਾ ਕੌਲ ਹੈ, ਨਾ ਤਿਸ ਭਗਤ ਨਾਉ। ਮਨਮੁੱਖ ਜਿਹੜਾ ਹੈ ਉਹ ਉਂਦਾ ਕਮਲ ਹੈ, ਉਲਟਿਆ ਹੋਇਆ ਕਮਲ ਹੈ, ਨਾ ਉਸ ਵਿੱਚ ਭਗਤੀ ਹੈ ਨਾ ਉਸ ਵਿੱਚ ਨਾਮ ਹੈ। ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਇੱਕ ਦ੍ਰਿਸ਼ਟਾਂਤ ਵਰਤਿਆ ਹੈ ਮਾਨਵਤਾ ਲਈ। ਜਿਹੜੀ ਮਾਨਵਤਾ ਗਲ ਤੇ ਸੜ ਗਈ ਹੈ ਉਹਦਾ ਕਾਰਨ ਕੀ ਹੈ? ਜੇ ਇਹ ਮਨਮੁੱਖੀ ਵਰਤੀਆਂ ਬਣੀਆਂ ਨੇ, ਸਾਡੇ ਗੁਰੂ ਕੇ ਕਹਾਉਣ ਵਾਲਿਆਂ ਦੇ ਘਰੇ ਵੀ ਮਨਮੁੱਖ ਵਰਤੀਆਂ ਜੇ ਬਣ ਗਈਆਂ, ਜੇ ਮਨਮੁੱਖਤਾ ਅੱਜ ਹਾਵੀ ਦਿਖਾਈ ਦਿੰਦੀ ਹੈ, ਗੁਰੂ ਦੇ ਉਪਦੇਸ਼ ਦੀ ਜਗ੍ਹਾ ਮਨੁੱਖ ਆਪਣੇ ਮਨ ਦੀਆਂ ਗੱਲਾਂ ਕਰਦਾ, ਨਹੀਂ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜੀ, ਕੇਸ ਰੱਖਣ ਦੀ ਕੀ ਲੋੜ ਹੈ? ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੱਲ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ? ਕੌਣ ਕਹਿ ਰਹੇ ਨੇ, ਕਿਵੇਂ ਹੋ ਰਿਹਾ ਇਹ ਸਭ ਕੁਝ? ਤਾਂ ਗੁਰੂ ਸਾਹਿਬ ਜੀ ਨੇ ਦੇਖੋ ਇੱਕ ਬਚਨ ਆਖਿਆ ਹੋਇਆ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਬੰਨ ਕੈ ਦੁਖੜੈ ਸੜਿਓ, ਕਾਲੀ ਹੋਈਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ, ਜੈ ਸੇਤੀ ਮੇਰਾ ਸੰਗ ਜਿਤ ਡਿੱਠੈ ਤਨ ਪੜ ਫੜੈ ਚੜੈ ਚਵਗਣ ਬੰਨ। ਪੱਬਰ ਕਹਿੰਦੇ ਨੇ ਜਿੱਥੇ ਕੌਲ ਫੁੱਲ ਖਿੜੇ ਹੋਵਣ, ਉਸ ਸਰੋਵਰ ਨੂੰ, ਉਸ ਤਲਾਬ ਨੂੰ ਸਤਿਗੁਰੂ ਜੀ ਸਵਾਲ ਕਰਦੇ ਨੇ, ਨਾਲ ਜਵਾਬ ਦਿੰਦੇ ਨੇ। ਦ੍ਰਿਸ਼ਟਾਂਤ ਵਰਤਿਆ ਹੈ ਸਰੋਵਰ ਦਾ, ਇਹ ਨਹੀਂ ਵੀ ਸਵਾਲ ਜਵਾਬ ਸਰੋਵਰ ਕਰ ਰਹੀ ਹੈ, ਗੁਰੂ ਨੇ ਸਵਾਲ ਕੀਤਾ ਤੇ ਸਰੋਵਰ ਜਵਾਬ ਦਿੰਦਾ, ਨਹੀਂ ਗੁਰੂ ਸਾਹਿਬ ਪ੍ਰਤੀਕ ਵਰਤ ਰਹੇ ਨੇ ਸਰੋਵਰ ਦਾ। ਹੁਣ ਸਾਹਿਬ ਸਮਝਾਉਂਦੇ ਨੇ ਵੀ ਹੇ ਕੌਲ ਫੁੱਲਾਂ ਨਾਲ ਖਿੜੇ ਹੋਏ ਸਰੋਵਰ, ਵੇਖ ਮੈਂ ਜਦੋਂ ਇੱਥੋਂ ਲੰਘ ਕੇ ਗਿਆ, ਮੈਂ ਤੱਕਿਆ ਇੱਥੇ ਤੂੰ ਬੜਾ ਹਰਿਆਵਲ ਨਾਲ ਭਰਿਆ ਪਿਆ ਸੀ, ਚਾਰ ਸਪੇਰੇ ਹਰਿਆਲੀ ਹਰਿਆਲੀ ਸੀ, ਕਿਤੇ ਵੀ ਸੋਕਾ ਨਹੀਂ ਸੀ ਦਿਖਾਈ ਦਿੰਦਾ, ਬੜੀ ਖੁਸ਼ਬੂ ਆ ਰਹੀ ਸੀ। ਕੀ ਕਾਰਨ ਹੋਇਆ ਕਿ ਤੂੰ ਸੁੱਕ ਤੇ ਸੜ ਗਿਆ? ਤੇਰੇ ਕੋਲੋਂ ਬਦਬੂ ਆਉਂਦੀ ਹੈ, ਕਦੇ ਤੇਰੇ ਕੋਲੋਂ ਸੁਗੰਧੀ ਆਉਂਦੀ ਸੀ, ਅੱਜ ਬਦਬੂ ਆਉਣ ਲੱਗ ਗਈ ਹੈ, ਕਾਰਨ ਕੀ ਹੈ? ਤੇ ਅੱਗੋਂ ਜਵਾਬ ਹੈ ਕਿ ਮੇਰੇ ਸਰੀਰ 'ਚ ਕੋਈ ਨੁਕਸ ਪੈ ਗਿਆ। ਕੀ ਨੁਕਸ ਪੈ ਗਿਆ? ਮੈਂ ਜਾਣਿਆ ਕਿ ਪਾਣੀ ਦਾ ਸੰਗ ਕਰਨ ਦੇ ਨਾਲ ਮੈਨੂੰ ਚੌਗੁਣਾ ਰੰਗ ਚੜ੍ਹਦਾ ਸੀ ਤੇ ਮੇਰੇ ਅੰਦਰ ਖਿੜਾਓ ਆਉਂਦਾ ਸੀ, ਉਸ ਪਾਣੀ ਦੇ ਨਾਲੋਂ ਮੇਰਾ ਨਾਤਾ ਟੁੱਟ ਗਿਆ ਤੇ ਮੇਰੀ ਹਾਲਾਤ ਇਹ ਹੋ ਗਈ ਹੈ। ਦ੍ਰਿਸ਼ਟਾਂਤ ਵੇਖੋ, ਉਹ ਫੁੱਲ ਜਿਸੋਂ ਸੁਗੰਧੀ ਆਉਂਦੀ ਸੀ ਕੀ ਆ ਰਹੀ ਹੈ? ਦੁਰਗੰਧੀ। ਸਿੱਖ ਵੀ ਇੱਕ ਫੁੱਲ ਦੀ ਨਿਆਈ ਹੈ ਜਿਹਦੇ ਵਿੱਚੋਂ ਖੁਸ਼ਬੂ ਆਉਂਦੀ, ਕਿੰਨਾ ਚਿਰ? ਜਿੰਨਾ ਚਿਰ ਗੁਰਬਾਣੀ ਰੂਪੀ ਸਰੋਵਰ ਨਾਲ ਜੁੜੇਗਾ। ਗੁਰਬਾਣੀ ਤੋਂ ਟੁੱਟ ਕੇ ਸਿੱਖ ਦੇ ਅੰਦਰ ਖੁਸ਼ਬੂ ਨਹੀਂ ਰਹਿ ਸਕਦੀ, ਸਿੱਖ ਅੰਦਰੋਂ ਉਹ ਫੁੱਲ ਮੁਰਝਾ ਜਾਏਗਾ, ਖੁਸ਼ਬੂ ਦੀ ਜਗ੍ਹਾ ਦੁਰਗੰਧੀਆਂ ਆਉਣਗੀਆਂ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ, ਜੀਓ ਤਪਤ ਹੈ ਬਾਰੋ ਬਾਰ, ਜਿੰਦ ਤਪਦੀ ਹੈ ਵਾਰ ਵਾਰ, ਕਾਰਨ ਕੀ ਹੈ? ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਆਖਦੇ ਨੇ ਕੋੜ ਦੇ ਰੋਗੀ ਨੂੰ, ਉਹ ਬੜਾ ਬਿਲਕਦਾ ਹੈ, ਇੱਕ ਤੇ ਉਹਦੇ ਨੇੜੇ ਕੋਈ ਨਹੀਂ ਆਉਂਦਾ, ਉਹਨੂੰ ਨਗਰ ਤੋਂ ਬਾਹਰ ਛੱਡ ਆਉਂਦੇ ਨੇ, ਇਉਂ ਜਿਹੜਾ ਵਿਕਾਰੀ ਵਰਤੀਆਂ ਨਾਲ ਭਰਿਆ ਹੋਇਆ ਮਨੁੱਖ ਹੈ ਉਹਦੇ ਵੀ ਨਿਕਟ ਕੋਈ ਨਹੀਂ ਜਾਂਦਾ, ਕਿਉਂਕਿ ਪਤਾ ਇਹਦੇ ਲਾਗੋ ਦੁਰਗੰਧੀ ਹੋਈ ਆਉਂਦੀ ਹੈ, ਸੁਗੰਧੀ ਵਾਲਾ ਕੋਈ ਨੇੜੇ ਨਹੀਂ ਜਾਏਗਾ।
ਜੈ ਤਨ ਬਾਣੀ ਵਿਸਰ ਜਾਏ, ਜਿਸ ਹਿਰਦੇ ਚੋਂ ਰੱਬੀ ਸਿਫਤ ਸਲਾਹ ਭੁੱਲ ਜਾਏਗੀ ਨਾ, ਉਹ ਇਸੇ ਤਰ੍ਹਾਂ ਹੀ ਜ਼ਿੰਦਗੀ 'ਚ ਤੜਫੇਗਾ ਜਿਵੇਂ ਕੋਹੜ ਦਾ ਰੋਗੀ ਤੜਫਦਾ ਹੈ, ਨਹੀਂ ਸ਼ਾਂਤੀ ਆਏਗੀ, ਨਹੀਂ ਟਿਕਾਓ ਬਣੇਗਾ, ਔਰ ਨਹੀਂ ਅੰਦਰ ਗੁਣ ਵਸਣਗੇ। ਤੋ ਕਾਰਨ ਹੈ ਮਨਮੁੱਖ ਦਾ ਜਿਹੜਾ ਜੀਵਨ ਹੈ ਦੁਰਗੰਧੀਆਂ ਨਾਲ ਭਰਿਆ ਹੋਇਆ, ਉਹਦਾ ਕਾਰਨ ਹੈ ਕਿ ਉਹ ਆਪਣੇ ਮੂਲ ਤੋਂ ਟੁੱਟ ਗਿਆ ਹੈ, ਮਨਮੁੱਖ ਮੂਲੋਂ ਭੁੱਲਿਆ, ਮੂਲ ਤੋਂ ਭੁੱਲ ਗਿਆ। ਕਾਰਨ ਕੀ? ਵਿੱਚ ਲੱਭ ਲੋਭ ਅਹੰਕਾਰ, ਬੜੀ ਅਹੰਕਾਰੀ ਵਿਰਤੀ ਹੈ, ਬੜਾ ਲੋਭ ਹੈ, ਬੜਾ ਲਾਲਚ ਹੈ। ਮਹਾਰਾਜ ਜੀ ਨੇ ਤੇ ਆਖਿਆ ਲਾਲਚ ਛੱਡੋ ਅੰਦੇ ਹੋ, ਲਾਲਚ ਦੁੱਖ ਭਾਰੀ, ਇਹ ਤੇ ਬੜਾ ਭਾਰੀ ਦੁੱਖ ਹੈ, ਪਰ ਮਨਮੁੱਖ ਜਿਹੜਾ ਹੈ ਇਸ ਪਾਸਿਓਂ ਹਟਦਾ ਨਹੀਂ ਕਿਉਂਕਿ ਅੰਦਰ ਜਾਗਰਤ ਨਹੀਂ ਹੈ। ਗੁਰੂ ਜਿਸ ਨੇ ਉਸ ਨੂੰ ਜਗਾਉਣਾ ਹੈ ਉਹਦੇ ਕੋਲ ਉਹ ਆਉਂਦਾ ਨਹੀਂ, ਔਰ ਗੁਰੂ ਤੋਂ ਬਿਨਾਂ ਜੀਵਨ ਪਲਟਾ ਨਹੀਂ ਖਾਂਦਾ। ਬਾਣੀ ਨਾਲ ਜੁੜਿਆ ਹੀ ਕੌਲ ਫੁੱਲ ਖਿੜੇਗਾ, ਔਰ ਦੇਖੋ ਪੁੱਠਾ ਕਿਸ ਪਾਸੇ ਹੋਇਆ ਪਿਆ। ਜਦੋਂ ਕੌਲ ਫੁੱਲ ਸਰੋਵਰ ਦੇ ਵਿੱਚ ਹੋਵੇ ਨਾ, ਇੱਕ ਤਾਂ ਉਸ ਵਿੱਚ ਪਾਣੀ ਹੈ, ਚਿੱਕੜ ਹੈ, ਤੇ ਚਿੱਕੜ ਕਾਰਨ ਹੀ ਉਹ ਉੱਗਦਾ ਹੈ। ਚਿੱਕੜ ਹੀ ਨਾ ਹੋਏ ਤੇ ਕਮਲ ਦਾ ਫੁੱਲ ਉੱਗ ਨਹੀਂ ਸਕਦਾ। ਦੂਸਰੀ ਗੱਲ, ਜਦੋਂ ਜਿਉਂ ਜਿਉਂ ਪਾਣੀ ਵੱਧਦਾ ਤਿਉਂ ਤਿਉਂ ਉੱਚਾ ਉੱਠਦਾ ਜਾਂਦਾ ਹੈ, ਔਰ ਉਹਦਾ ਧਿਆਨ ਕਿਸ ਪਾਸੇ? ਸੂਰਜ ਵੱਲ ਰਹਿੰਦਾ ਹੈ। ਜਦੋਂ ਕੌਲ ਫੁੱਲ ਉਲਟਿਆ ਹੈ ਤੇ ਸੂਰਜ ਵਾਲੇ ਪਾਸੇ ਧਿਆਨ ਖਤਮ ਹੋ ਗਿਆ। ਦੇਖੋ ਜਿਉਂ ਜਿਉਂ ਮਨੁੱਖ ਭਗਤੀ ਕਰਦਾ ਜਾਂਦਾ ਹੈ, ਭਗਤੀ ਦਾ ਜਲ ਵੱਧਦਾ ਜਾਂਦਾ ਹੈ, ਮਨ ਹੋਰ ਵਿਕਾਸ ਕਰਦਾ ਜਾਂਦਾ ਹੈ, ਵਿਕਾਸ ਕਰਦਾ ਜਾਂਦਾ ਹੈ, ਔਰ ਮਨ ਜਿਹੜਾ ਹੈ ਕਿਸ ਨਾਲ ਜੁੜਿਆ ਰਹਿੰਦਾ? ਪਰਮਾਤਮਾ ਦੇ ਨਾਲ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਵੀ ਤੁਸੀਂ ਸੰਸਾਰ ਵਿੱਚ ਕਿਵੇਂ ਰਹਿੰਦੇ ਹੋ? ਵੀ ਸੰਸਾਰ ਵਿੱਚ ਰਹਿ ਕੇ ਬੰਦਾ ਮੁਕਤ ਨਹੀਂ ਹੋ ਸਕਦਾ, ਕਿਉਂਕਿ ਇੰਨਾ ਜੰਜਾਲ ਤਗੜਾ ਹੈ ਕਿ ਜੰਜਾਲ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਬਚ ਹੀ ਨਹੀਂ ਸਕਦਾ, ਨਾ ਭਗਤੀ ਕਰ ਸਕਦਾ, ਔਰ ਇਤਨਾ ਜ਼ਿਆਦਾ ਮਾਇਆ ਵੀ ਜਾਲ ਹੈ ਵੀ ਉਹ ਤੋਂ ਬਚਿਆ ਨਹੀਂ ਜਾ ਸਕਿਆ, ਉਹਨੂੰ ਛੱਡਣਾ ਹੀ ਪਏਗਾ। ਪਰ ਤੁਸੀਂ ਕਿਵੇਂ ਰਹਿੰਦੇ ਹੋ, ਜਵਾਬ ਦਿਓ। ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦ੍ਰਿਸ਼ਟਾਂਤ ਦਿੱਤਾ ਸੀ, ਇਹੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਆਖਿਆ ਜਿਵੇਂ ਕਮਲ ਦਾ ਫੁੱਲ ਜਿਹੜਾ ਹੈ ਉਹ ਪਾਣੀ ਵਿੱਚ ਰਹਿੰਦਾ ਹੋਇਆ, ਚਿੱਕੜ 'ਚ ਰਹਿੰਦਾ ਹੋਇਆ, ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਔਰ ਨਾਲ ਉਦਾਹਰਣ ਦਿੱਤੀ ਜਿਵੇਂ ਮੁਰਗਾਬੀ ਹੈ, ਇੱਕ ਪੰਛੀ ਹੈ, ਪਰਮਾਤਮਾ ਨੇ ਉਹਦੇ ਪੰਖ ਐਸੇ ਬਣਾਏ ਨੇ ਕਿ ਉਹ ਰਹਿੰਦੀ ਪਾਣੀ 'ਚ ਹੈ, ਪਰ ਉਹਦੇ ਪੰਖ ਕਦੇ ਗਿੱਲੇ ਨਹੀਂ ਹੁੰਦੇ, ਭਿੱਜਦੇ ਨਹੀਂ, ਉਹ ਜਦੋਂ ਚਾਹੇ ਉਡਾਰੀ ਮਾਰ ਸਕਦੀ ਹੈ, ਜਦੋਂ ਚਾਹੇ ਉਡਾਰੀ ਮਾਰ ਕੇ ਜਾ ਸਕਦੀ ਹੈ। ਤੋ ਮਨੁੱਖ ਨੇ, ਸਿੱਖ ਨੇ ਕਿਉਂ ਜਾ ਬਣਾਉਣਾ ਹੈ ਆਪਣੇ ਮਨ ਨੂੰ, ਸੁਰਤ ਨੂੰ, ਉਸ ਮੁਰਗਾਬੀ ਦੇ ਪੰਛੀ ਵਰਗਾ ਕਿ ਜਦੋਂ ਚਾਹੇ ਉਹ ਬੈਠੇ ਤੇ ਪ੍ਰਭੂ ਦੀ ਭਗਤੀ ਕਰੇ, ਬਾਣੀ ਨਾਲ ਜੁੜ ਜਾਏ। ਆਖਿਆ ਇਸ ਤਰੀਕੇ ਦੇ ਨਾਲ ਜਿਵੇਂ ਉਹ ਰਹਿ ਰਹੇ ਨੇ, ਉਹ ਜਦੋਂ ਜੀ ਕਰਦਾ ਉਹਦਾ ਉਡਾਰੀ ਭਰ ਜਾਂਦੀ ਹੈ, ਸ਼ਬਦ ਦੇ ਵਿੱਚ ਸੁਰਤ ਜੋੜ ਕੇ, ਭਾਵ ਗੁਰੂ ਦੇ ਉਪਦੇਸ਼ ਦੇ ਰਾਹੀਂ ਸੁਰਤ ਆਪਣੀ ਚੇਤਨਤਾ ਜਿਤਨੀ ਹੈ ਕਿੱਥੇ ਲਾਉਣੀ? ਗੁਰ ਸ਼ਬਦ ਦੇ ਵਿੱਚ। ਸ਼ਬਦ ਸੁਰਤ ਭਾਵ ਸਾਗਰ ਤਰੀ ਹੈ। ਹੁਣ ਭਾਵ ਸਾਗਰ ਹੈ ਤੇ ਸਾਡੇ ਅੰਦਰ ਹੀ ਹੈ, ਵਿਕਾਰਾਂ ਨਾਲ ਭਰਿਆ, ਵਿਕਾਰ ਕਿੱਥੇ? ਸਾਡੇ ਅੰਦਰ। ਭਾਵ ਸਾਗਰ ਤਰੀ ਹੈ ਤੋ ਇਸ ਭਾਵ ਸਾਗਰ ਚੋਂ ਮਨ ਤਰ ਜਾਏਗਾ, ਮਨ ਡੁੱਬੇਗਾ ਨਹੀਂ ਇਹਦੇ ਵਿੱਚ। ਨਾਨਕ ਨਾਮ ਬਖਾਣੇ, ਉਸ ਪ੍ਰਭੂ ਦੇ ਨਾਮ ਨੂੰ ਬਖਿਆਉਣ ਦੇ ਨਾਲ, ਨਾਮ ਨਾਲ ਜੁੜਨ ਕਰਕੇ। ਤੋ ਜਿਹੜਾ ਮਨਮੁੱਖ ਹੈ ਉਹਦੇ ਕੋਲ ਭਗਤੀ ਵੀ ਨਹੀਂ ਹੈ ਔਰ ਉਹਦੇ ਕੋਲ ਨਾਮ ਵੀ ਨਹੀਂ ਹੈ। ਜਿਹਦੇ ਕੋਲ ਨਾਮ ਭਗਤੀ ਨਹੀਂ ਹੈ ਉਹ ਕੌਣ ਹੈ? ਮਨਮੁੱਖ। ਔਰ ਮਨਮੁੱਖ ਦਾ ਅੱਗੇ ਫਿਰ ਸਤਿਗੁਰੂ ਜ਼ਿਕਰ ਕਰਦੇ, ਉਹ ਕਰਦਾ ਕੀ ਹੈ? ਸ਼ਕਤੀ ਅੰਦਰ ਵਰਤਦਾ, ਕੋੜ ਤਿਸਕਾ ਹੈ ਉਪਾਉ। ਉਹਦੇ ਅੰਦਰ ਭਗਤੀ ਨਹੀਂ ਹੈ, ਨਾਮ ਨਹੀਂ ਹੈ। ਸ਼ਕਤੀ ਦਾ ਅਰਥ ਹੈ ਮਾਇਆ, ਉਹ ਮਾਇਆ ਵਿੱਚ ਵਰਤਦਾ ਹੈ, ਉਹਦੇ ਅੰਦਰ ਮਾਇਆ ਵਰਤਦੀ ਹੈ, ਹਰ ਸਮੇਂ ਉਹ ਮਾਇਆ ਦੇ ਵਿੱਚ ਉਲਝਿਆ ਰਹਿੰਦਾ ਹੈ। ਕੂੜ ਤਿਸਕਾ ਹੈ ਉਪਾਉ, ਔਰ ਉਹਦਾ ਜਿਹੜਾ ਉਪਾਅ ਹੈ, ਮਨੋਰਥ ਹੈ ਜ਼ਿੰਦਗੀ ਦਾ ਸਾਰਾ ਹੀ, ਉਦਮ ਹੈ ਕਾਹਦੇ ਵਾਸਤੇ? ਕੂੜ ਵਾਸਤੇ। ਤੇ ਕੂੜ ਇੱਕ ਤੇ ਝੂਠ ਬੋਲਣਾ, ਇੱਕ ਕਿਹਾ ਗਿਆ ਇਹ ਸਾਰੇ ਪਦਾਰਥਾਂ ਨੂੰ ਕੂੜ ਕਿਹਾ ਗਿਆ, ਔਰ ਮਾਇਆ ਨੂੰ ਵੀ ਕੂੜ ਕਿਹਾ ਗਿਆ ਹੈ, ਔਰ ਉਹ ਸਾਰਾ ਸਮਾਂ ਕਾਹਦੇ 'ਚ ਬਤੀਤ ਕਰ ਰਿਹਾ? ਉਹਦਾ ਮਨੋਰਥ ਹੈ ਕੂੜ ਇਕੱਠਾ ਕਰਨਾ, ਸਾਰੀ ਜ਼ਿੰਦਗੀ ਕੀ ਇਕੱਠਾ ਕਰੀ ਜਾਣਾ? ਕੂੜ ਇਕੱਠਾ ਕਰੀ ਜਾਣਾ ਹੈ। ਅਸੰਖ ਕੂੜਿਆਰ ਕੂੜੇ
ਫਿਰ ਇਹ ਅਣਗਿਣਤ ਲੋਕ ਐਸੇ ਨੇ ਜਿਹੜੇ ਕੇਵਲ ਕੂੜ ਦੇ ਵਿੱਚ ਹੀ ਉਲਝੇ ਪਏ ਨੇ, ਤੇ ਉਹ ਸਾਰੀ ਜ਼ਿੰਦਗੀ ਜਿਹੜਾ ਹੈ ਮਾਇਆ ਦੇ ਵਿੱਚ ਵਰਤਦਾ ਹੈ, ਪ੍ਰਭੂ ਦੀ ਦੈਵੀ ਸੰਪਦਾ ਵਾਲੇ ਪਾਸੇ ਉਹ ਨਹੀਂ ਜਾਂਦਾ, ਮਾਇਆ ਹੀ ਇਕੱਠੀ ਕਰਦਾ ਰਹਿੰਦਾ ਸਾਰੀ ਜ਼ਿੰਦਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਵਿੱਚ ਤਿੰਨ ਉਦਾਹਰਨਾਂ ਦੇ ਕੇ ਸਮਝਾਇਆ ਹੈ। ਪਹਿਲੀ ਉਦਾਹਰਨ ਦਿੰਦੇ ਨੇ ਕਿ ਜਿਵੇਂ ਸ਼ਹਿਦ ਦੀਆਂ ਮੱਖੀਆਂ ਨੇ, ਉਹ ਕੀ ਕਰਦੀਆਂ ਨੇ, ਫੁੱਲਾਂ 'ਤੇ ਬੈਠਦੀਆਂ ਨੇ ਅਤੇ ਜਾ ਕੇ ਇਕੱਠਾ ਕਰ ਕਰਕੇ ਸ਼ਹਿਦ ਲਿਆਉਂਦੀਆਂ ਨੇ, ਅਤੇ ਫਿਰ ਉਸ ਸ਼ਹਿਦ ਨੂੰ ਕੀ ਕਰਦਾ ਹੈ, ਜੋ ਸ਼ਹਿਦ ਚੋਣ ਵਾਲਾ ਆਉਂਦਾ ਹੇਠਾਂ ਧੂੰਆਂ ਲਾਉਂਦਾ ਹੈ ਅਤੇ ਉਹਨਾਂ ਨੂੰ ਉਡਾ ਦਿੰਦਾ ਹੈ, ਅਤੇ ਉਹ ਸਾਰੇ ਉਹਨਾਂ ਦਾ ਕੀਤਾ ਇਕੱਠਾ ਕੀਤਾ ਹੋਇਆ ਸ਼ਹਿਦ ਜਿਹੜਾ ਚੋ ਕੇ ਲੈ ਜਾਂਦਾ ਹੈ, ਇਕੱਠਾ ਕਰਕੇ ਲੈ ਜਾਂਦਾ। ਗਾਂ ਜਿਹੜੀ ਹੈ ਆਪਣੇ ਵਛੜੇ ਦੀ ਖਾਤਰ ਦੁੱਧ ਇਕੱਠਾ ਕਰਦੀ ਹੈ, ਅਤੇ ਉਹ ਸਾਰਾ ਦੁੱਧ ਜਿਹੜਾ ਹੈ ਗਵਾਲਾ ਜਿਹੜਾ ਹੈ ਪਹਿਲਾਂ ਤਾਂ ਉਹ ਗਾਂ ਦਾ ਵਛੜਾ ਛੱਡਦਾ, ਜਦੋਂ ਦੁੱਧ ਉਤਾਰ ਦਿੰਦੀ ਹੈ ਉਹਨੂੰ ਸਾਈਡ 'ਤੇ ਕਰਕੇ ਦੁੱਧ ਇਕੱਠਾ ਕਰਕੇ ਲੈ ਜਾਂਦਾ ਹੈ। ਤੀਸਰੀ ਉਦਾਹਰਨ ਦਿੱਤੀ ਹੈ ਚੂਹੇ ਦੀ। ਚੂਹਾ ਬੜਾ ਯਤਨ ਕਰ ਕਰਕੇ ਖੁੱਡ ਬਣਾਉਂਦਾ ਰਹਿਣ ਵਾਸਤੇ, ਪਰ ਸੱਪ ਜਿਹੜਾ ਹੈ ਉਹ ਆਉਂਦਾ ਹੈ ਖੁੱਡ 'ਚ ਵੜਦਾ, ਚੂਹੇ ਨੂੰ ਮਾਰ ਕੇ ਖਾ ਜਾਂਦਾ ਹੈ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ, ਅੰਤ ਕਾਲ ਛਾੜ ਚੱਲੇ ਦੋਨੋਂ ਕਾਰ ਝਾੜ ਕੇ। ਆਖਿਆ ਇਵੇਂ ਮੂਰਖ ਆਦਮੀ ਕੀ ਕਰਦਾ ਹੈ, ਸਾਰੀ ਜ਼ਿੰਦਗੀ ਪਾਪ ਕਰ ਕਰਕੇ ਪਾਪ ਕਰ ਕਰਕੇ ਮਾਇਆ ਜਮ੍ਹਾਂ ਕਰਦਾ ਰਹਿੰਦਾ ਹੈ, ਅਤੇ ਆਖਰੀ ਸਮੇਂ ਜਿਹੜਾ ਹੈ ਉਹ ਦੋਨੇ ਹੱਥ ਝਾੜ ਕੇ ਤੁਰ ਜਾਂਦਾ, ਨਾਲ ਕੁਛ ਵੀ ਜਾਂਦਾ ਨਹੀਂ। ਕੀ ਜਾਏਗਾ ਨਾਲ, ਕੀਤੇ ਹੋਏ ਪਾਪ ਜਿਹੜੇ ਉਹਨੂੰ ਇਕੱਤਰਿਤ ਕਰਨ ਵਾਸਤੇ ਪਾਪ ਕੀਤੇ ਨੇ, ਅਤੇ ਉਹਦੇ 'ਤੇ ਕਿਉਂਕਿ ਹੁਣ ਮਾਇਆ ਦਾ ਇਤਨਾ ਪ੍ਰਭਾਵ ਪੈ ਗਿਆ ਹੈ, ਜੇ ਕੋਈ ਉਹਨੂੰ ਜਗਾਉਣ ਦਾ ਯਤਨ ਕਰੇ ਨਾ ਉਹ ਜਾਗਦਾ ਨਹੀਂ, ਕੀ ਕਰਦਾ ਉਹਨੂੰ ਬੁਰਾ ਮੰਨਦਾ ਹੈ। ਜੇ ਕੋਈ ਉਹਨੂੰ ਭਲੇ ਦੀ ਗੱਲ ਕਹੇ ਨਾ ਤੇ ਉਹਦੇ ਵਾਸਤੇ ਉਹਨੂੰ ਸਮਝਦਾ ਮੈਨੂੰ ਬੁਰਾ ਕਹਿ ਰਿਹਾ ਹੈ, ਔਰ ਉਸ ਨੂੰ ਹੀ ਬਦਲ ਦਿੱਤਾ ਜਾਂਦਾ। ਸਪੋਜ ਕਰੋ ਉਹਦੇ ਉਹ ਵਿਰੁੱਧ ਹੋ ਜਾਂਦਾ ਜਿਹੜਾ ਉਹਨੂੰ ਜਗਾਉਣ ਦਾ ਯਤਨ ਕਰੇ। ਐਸੀ ਹਾਲਤ ਸੰਸਾਰ ਦੀ ਔਰ ਮਾਇਆ ਵੀ ਬੰਦੇ ਦੀ ਬਣ ਜਾਂਦੀ। ਮਹਾਰਾਜ ਨੇ ਬਚਨ ਆਖੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਉਹ ਨਹੀਂ ਜਾਗਦਾ ਹੈ, ਔਰ ਕਦੋਂ ਜਾਗਦਾ ਹੈ, ਜਦੋਂ ਕਿਤੇ ਬੜੀ ਵੱਡੀ ਚੋਟ ਪਏ ਜਾ ਕੇ ਤਾਂ ਕਿਤੇ ਸਮਝ ਆਉਂਦੀ ਹੈ ਉਹਨੂੰ, ਨਹੀਂ ਤੇ ਉਹ ਜਾਗਦਾ ਨਹੀਂ। ਬਸ ਇਤਨਾ ਗਹਿਰਾ ਸੌਂ ਜਾਂਦਾ ਹੈ ਕਿ ਕਿਤਨਾ ਵੀ ਕੋਈ ਯਤਨ ਕਰੇ ਉਠਾਉਣ ਦਾ ਉੱਠਦਾ ਹੀ ਨਹੀਂ ਹੈ, ਸੁੱਤਾ ਹੀ ਰਹਿੰਦਾ। ਬਸ ਮਾਇਆ ਦੇ ਵਿੱਚ ਹੀ ਉਹ ਸਾਰਾ ਸਮਾਂ ਆਪਣਾ ਬਤੀਤ ਕਰ ਦਿੰਦਾ ਹੈ। ਮਿਲਿਆ ਸੀ ਜੀਵਨ ਕਿਸ ਵਾਸਤੇ, ਕਰਦਾ ਕੁਝ ਹੀ ਰਹਿ ਗਿਆ। ਤਿਸਕਾ ਅੰਦਰ ਚੇਤਨਾ ਭਿੱਜੇ, ਮੁੱਖ ਫੀਕਾ ਆਲਾਓ। ਹੁਣ ਉਸ ਦਾ ਜਿਹੜਾ ਅੰਦਰ ਹੈ ਚਿੱਤ ਹੈ, ਉਹ ਕਦੇ ਵੀ ਭਿੱਜਦਾ ਨਹੀਂ ਹੈ, ਉਹ ਰੁੱਖਾ ਰਹਿੰਦਾ ਹੈ, ਅੰਦਰ ਕ੍ਰਿਜਣਾ ਰਹਿੰਦੀ ਹੈ ਉਹਦੇ। ਵੀ ਉਹ ਅੰਦਰੋਂ ਭਿੱਜ ਜਾਏ, ਕੋਈ ਜੀਵਨ 'ਚ ਰਸ ਬਣ ਜਾਏ, ਕੋਈ ਆਨੰਦ ਬਣ ਜਾਏ, ਕੋਈ ਖੁਸ਼ੀ 'ਚ ਆਓ ਬਣ ਆਏ ਅੰਦਰ, ਐਸਾ ਬਣਦਾ ਹੀ ਨਹੀਂ। ਉਹ ਅੰਦਰੋਂ ਕ੍ਰਿਜਿਆ ਹੀ ਰਹਿੰਦਾ ਹੈ, ਕ੍ਰਿਜਿਆ ਹੀ ਰਹਿੰਦਾ ਹੈ। ਜੇ ਕੋਈ ਉਹਨੂੰ ਮਿਲੇ ਵੀ ਤਾਂ ਬੜਾ ਔਖਾ ਬੋਲਦਾ ਹੈ, ਕੌੜਾ ਬੋਲਦਾ ਹੈ, ਕਿਉਂਕਿ ਜਿਹਦੇ ਅੰਦਰ ਕੂੜ ਵਰਤਦਾ ਹੈ, ਜਿਹੜਾ ਅੰਦਰ ਕੂੜ ਵਰਤੇ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ, ਉਹ ਜਲ ਜਾਂਦਾ ਹੈ, ਕਿਉਂਕਿ ਅੰਦਰ ਕੂੜ ਵਰਤਦਾ ਹੈ। ਅਤੇ ਫਿਰ ਉਹ ਆਪਣੀ ਰਸਨਾ ਨਾਲ ਵੀ ਕੌੜਾ ਹੀ ਬੋਲਦਾ, ਕਿਉਂਕਿ ਅੰਦਰ ਕੁੜੱਤਣ ਬੈਠੀ ਹੋਈ ਹੈ, ਜਿਹਦੇ ਅੰਦਰ ਨਾਮ ਨਹੀਂ ਹੈ। ਸਾਹਿਬ ਨੇ ਤੇ ਆਖਿਆ, ਤੁਮਾ ਹੈ ਨਿੰਮ ਹੈ, ਇਹ ਬੜੀਆਂ ਕੌੜੀਆਂ ਨੇ, ਪਰ ਮਾਨੋ ਇਹ ਸਾਰਾ ਕੁਝ ਉਹਦੇ ਅੰਦਰ ਵਸਦਾ ਹੈ ਜਿਹਦੇ ਅੰਦਰ ਨਾਮ ਨਹੀਂ ਹੈ। ਮਨਮੁੱਖ ਵਸੈ ਤਿਸ ਜਿਸ ਤੂੰ ਚਿੱਤ ਨਾ ਆਵਹੀ, ਉਸ ਮਨਮੁੱਖ ਦੇ ਅੰਦਰ ਇਹ ਸਭ ਕੁੜੱਤਣ ਵਸਦੀ ਹੈ ਜਿਹਨੂੰ ਤੂੰ ਚੇਤੇ 'ਚ ਨਹੀਂ ਆਉਂਦਾ। ਤੁਮੇ ਤੁਮਾ ਵੇਸ ਅਕਤ ਧੂਰਾ ਨਿੰਮ ਫਲ, ਮਨਮੁੱਖ ਵਸੈ ਤਿਸ ਜਿਸ ਤੂੰ ਚਿੱਤ ਨਾ ਆਵਹੀ। ਇਤਨੀ ਕੁੜੱਤਣ ਉਹਦੇ ਅੰਦਰ ਬੈਠੀ ਹੋਈ, ਤੇ ਜਦੋਂ ਉਹ ਬੋਲਦਾ ਵੀ ਹੈ ਤੇ ਕੀ ਬੋਲਦਾ, ਮੁੱਖ ਫੀਕਾ ਆ ਲਾਓ। ਮੁੱਖ ਦੇ ਖੱਖੇ ਨੂੰ ਸਿਹਾਰੀ, ਜਿਹਦਾ ਅਰਥ ਹੈ ਮੁੱਖ ਤੋਂ, ਜੋ ਉਹ ਮੁੱਖ ਤੋਂ ਬੋਲਦਾ ਹੈ ਫਿੱਕਾ ਬੋਲਦਾ ਹੈ, ਕੌੜਾ ਬੋਲਦਾ ਹੈ, ਕਦੇ ਵੀ ਉਹ ਮਿੱਠਾ ਨਹੀਂ ਬੋਲ ਸਕਦਾ, ਹਮੇਸ਼ਾ ਕੌੜਾ ਬੋਲੇਗਾ ਔਰ ਦੂਸਰੇ ਨੂੰ ਸਾੜ ਦੇਵੇਗਾ, ਕਿਉਂਕਿ ਕੌੜਾ ਬੋਲ ਕਿਸੇ ਨੂੰ ਚੰਗਾ ਨਹੀਂ ਲੱਗਦਾ। ਬਾਬਾ ਫਰੀਦ ਜੀ ਤੇ ਆਖਦੇ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਸਾਰਿਆਂ ਵਿੱਚ ਤੇ ਉਹ ਪ੍ਰਭੂ ਵੱਸਦਾ ਹੈ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੇ ਕਿਸੇ ਨੂੰ ਫਿੱਕਾ ਨਾ ਬੋਲ।
ਪਰ ਮਿੱਠ ਬੋਲਣਾ ਤੇ ਉਹ ਤਾਂ ਹੋਏਗਾ ਨਾ ਜਿਹਦੇ ਅੰਦਰ ਮਿੱਠ ਬੋਲਣਾ ਬੈਠਾ ਹੋਏਗਾ। ਤਾਂ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਪਰ ਇਹ ਸਭ ਕੁਝ ਤਾਂ ਹੀ ਹੁੰਦਾ ਜੇ ਉਹ ਸਾਧ ਸੰਗਤ ਜੁੜ ਬੈਠੇਗਾ, ਕਿਉਂਕਿ ਸਾਧ ਸੰਗਤ ਵਿੱਚ ਬੈਠਿਆਂ ਹੀ ਉਹ ਮਿੱਠੇ ਬੋਲ ਬੋਲਣੇ ਸਿੱਖਦਾ ਹੈ ਔਰ ਉਹਦੇ ਅੰਦਰ ਮਿਠਾਸ ਪੈਦਾ ਹੁੰਦੀ ਹੈ। ਜਿੱਥੇ ਮਿਠਾਸ ਅੰਦਰ ਨਹੀਂ ਹੋਵੇਗੀ, ਕੌੜ ਅੰਦਰ ਹੋਵੇਗੀ, ਮੁੱਖ ਰਾਹੀਂ ਵੀ ਕੌੜਾ ਹੀ ਬੋਲੇਗਾ, ਮਨ ਮੁੱਖ ਕਦੇ ਮਿੱਠਾ ਨਹੀਂ ਬੋਲਦਾ। ਹਾਂ, ਇੱਕ ਕਾਢ ਕੱਢੀ ਗਈ ਹੈ, ਉਹ ਸਿਖਾਇਆ ਗਿਆ ਉਸਨੂੰ, ਪਰ ਉਹਦੇ ਅੰਦਰੋਂ ਫਿਰ ਜਿਹੜੀ ਕੁੜੱਤਨਾ ਉਹ ਪ੍ਰਗਟ ਹੋ ਜਾਂਦੀ ਕੁਝ ਸਮੇਂ ਲਈ। ਉਹ ਦਿਖਾਵਾ ਕਰਕੇ ਦੂਸਰਿਆਂ ਨੂੰ ਲੁੱਟਣ ਵਾਸਤੇ ਮਿੱਠਾ ਜ਼ਰੂਰ ਬੋਲ ਸਕਦਾ, ਉਹ ਦਿਖਾਵਾ ਹੈ। ਸੱਜਣ ਠੱਗ ਦੀ ਤਰ੍ਹਾਂ ਉਹ ਵੀ ਬੜਾ ਮਿੱਠਾ ਬੋਲਦਾ ਸੀ, ਪਰ ਉਹ ਕੀ ਹੈ, ਦੂਸਰੇ ਨੂੰ ਠੱਗਣ ਵਾਲਾ। ਜਿੱਥੇ ਬਚਨ ਆਖੇ ਨੇ ਬਾਬਾ ਫਰੀਦ ਜੀ ਨੇ, ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜ ਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਇਹ ਠੱਗੀ ਵਰਤੀ ਹੈ, ਪਰ ਹਰ ਇੱਕ ਨਾਲ ਹੀ ਮਿੱਠਾ ਬੋਲਣਾ ਉਹ ਹੀ ਬੋਲ ਸਕਦਾ ਜਿਹਦੇ ਅੰਦਰ ਮਿਠਾਸ ਦਾ ਦਾਤਾ ਪਰਮਾਤਮਾ ਹੋਏਗਾ। ਪਰ ਜਿੱਥੇ ਦੇਖੋ ਇਸ ਤਰ੍ਹਾਂ ਦੀ ਵਿਰਤੀ ਹੈ, ਦੂਸਰਿਆਂ ਨੂੰ ਠੱਗਣ ਵਾਸਤੇ ਮਿੱਠਾ ਮਿੱਠਾ ਬੋਲਦੇ, ਮੋਮੋ ਠੱਗਣੀਆਂ ਗੱਲਾਂ ਕਰਦੇ ਨੇ, ਕਿਉਂਕਿ ਠੱਗ ਉਹਨੂੰ ਹੀ ਕਿਹਾ ਜਾਂਦਾ ਜਿਹੜਾ ਮੋਮੋ ਠੱਗਣੀਆਂ ਗੱਲਾਂ ਕਰੇ। ਠੱਗ ਬੂਟੀ ਮਾਇਆ ਨੂੰ ਵੀ ਇਸੇ ਕਰਕੇ ਕਿਹਾ ਗਿਆ ਹੈ, ਇਹ ਬੜੀ ਮਿੱਠੀ ਲੱਗਦੀ ਹੈ ਪਰ ਹੈ ਬੜੀ ਕੌੜੀ ਹੈ, ਬਾਅਦ 'ਚ ਪਤਾ ਲੱਗਦਾ ਹੈ। ਤੋ ਸਾਹਿਬ ਆਖਦੇ ਮਨਮੁੱਖ ਆਪਣੀ ਰਸਨਾ ਨਾਲ ਕਦੇ ਮਿੱਠਾ ਨਹੀਂ ਬੋਲਦੇ ਹਨ, ਹਮੇਸ਼ਾ ਉਹਨਾਂ ਦੇ ਅੰਦਰੋਂ ਕੌੜੀ ਨਿਕਲਦੀ ਹੈ। ਤਿਸਕਾ ਅੰਦਰ ਚਿੱਤ ਨਾ ਭਿੱਜੀ, ਉਹਦਾ ਚਿੱਤ ਨਹੀਂ ਭਿੱਜਦਾ ਅੰਦਰੋਂ, ਕਦੇ ਉਹ ਭਿੱਜਦਾ ਹੀ ਨਹੀਂ, ਰੁੱਖਾ ਦਾ ਰੁੱਖਾ ਹੀ ਰਹਿੰਦਾ ਹੈ। ਔਰ ਮੁੱਖ ਫੀਕਾ ਆ ਲਾਓ, ਆਸਾ ਦੀ ਵਾਰ ਦੇ ਅੰਦਰ ਅਸੀਂ ਸਰਵਣ ਕਰਦੇ ਹਾਂ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸੱਟੀਐ ਮੋ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਪਾਣਾ ਸ਼ਬਦ ਆਖਰੀ ਅਰਥ ਹੈ ਜੁੱਤੀ, ਉਹਨੂੰ ਕਾਹਦੀ ਸਜ਼ਾ ਮਿਲਦੀ ਜੁੱਤੀਆਂ ਦੀ, ਜਿੱਥੇ ਵੀ ਜਾਏਗਾ ਜੁੱਤੀਆਂ ਵੱਜਣਗੀਆਂ ਕੌੜੇ ਬੋਲਣ ਵਾਲੇ ਤੇ। ਤੋ ਬੋਲਣਾ ਕੀ ਹੈ, ਮਿੱਠਾ ਬੋਲਣਾ ਹੈ, ਔਰ ਮਨਮੁੱਖ ਕਦੇ ਮਿੱਠਾ ਬੋਲ ਨਹੀਂ ਸਕਦੇ ਕਿਉਂਕਿ ਅੰਦਰ ਮਾਇਆ ਵੀ ਪ੍ਰਭਾਵ ਹੈ। ਓਏ ਧਰਮ ਰਲਾਏ ਨਾਰਲ ਨੈ, ਉਣਾ ਅੰਦਰ ਕੂੜ ਸਵਾਓ। ਹੁਣ ਧਰਮ ਦੇ ਇੱਥੇ ਮੰਮੇ ਨੂੰ ਸਿਹਾਰੀ ਹੈ, ਓਏ ਦੇ ਈੜੀ ਨੂੰ ਸਿਹਾਰੀ ਹੈ, ਇਹ ਬਹੁ ਬਚਨ ਹੈ। ਤੇ ਧਰਮ ਦੇ ਜਿਹੜੀ ਸਿਹਾਰੀ ਹੈ ਉਹਦਾ ਅਰਥ ਹੈ ਧਰਮ ਵਿੱਚ। ਇਹੋ ਜਿਹੜੇ ਮਨਮੁੱਖ ਵਿਰਤੀਆਂ ਵਾਲੇ ਇਨਸਾਨ ਨੇ, ਜੇ ਉਹਨਾਂ ਨੂੰ ਯਤਨ ਕੀਤਾ ਜਾਏ ਵੀ ਇਹਨਾਂ ਨੂੰ ਧਰਮ ਵਿੱਚ ਰਲਾ ਲਈਏ, ਇਹ ਧਰਮ ਵਿੱਚ ਰਲ ਜਾਣ, ਭਾਵ ਇਹਨਾਂ ਦੇ ਅੰਦਰ ਦੈਵੀ ਸੰਪਦਾ ਬਣ ਜਾਵੇ, ਇਹਨਾਂ ਅੰਦਰ ਗੁਣ ਆ ਜਾਣ ਧਰਮ ਵਾਲੇ, ਤੇ ਸਾਹਿਬ ਆਖਦੇ ਨੇ ਇਹ ਰਲਦੇ ਹੀ ਨਹੀਂ ਹੈ। ਓਏ ਧਰਮ ਰਲਾਏ ਨਾ ਰਲਣ, ਉਹ ਜਿਹੜੇ ਮਨਮੁੱਖ ਨੇ ਨਾ ਉਹ ਧਰਮ ਵਿੱਚ ਰਲਦੇ ਨਹੀਂ, ਕਿਉਂਕਿ ਉਹਨਾਂ ਦਾ ਖਾਜਾ ਹੀ ਹੋਰ ਹੈ। ਓਏ ਧਰਮ ਰਲਾਏ ਨਾ ਰਲਣ, ਉਹਨਾਂ ਅੰਦਰ ਕੂੜ ਸਵਾਓ, ਉਹਨਾਂ ਦੇ ਅੰਦਰ ਕੀ ਹੈ, ਕੂੜ ਹੈ, ਤੇ ਉਹਨਾਂ ਦਾ ਮਨੋਰਥ ਜਿਹੜਾ ਹੈ ਕੂੜ ਇਕੱਠਾ ਕਰਨਾ ਹੀ ਹੈ, ਸਵਾਰਥ ਹੈ। ਸਵਾਦਾਰਥ ਸਵਾਰਥ, ਸਵਾਰਥ ਤੋਂ ਭਾਵ ਖੁਦਗਰਜੇ, ਉਹ ਅੰਦਰੋਂ ਬੜੇ ਖੁਦਗਰਜ ਨੇ, ਆਪਣੇ ਲਈ ਜਿਉਂਦੇ ਨੇ, ਧਰਮੀ ਪੁਰਸ਼ ਦੂਸਰਿਆਂ ਲਈ ਜਿਉਂਦਾ ਹੈ, ਮਨਮੁੱਖ ਸਿਰਫ ਆਪਣੇ ਲਈ ਜਿਉਂਦਾ, ਦੂਸਰੇ ਲਈ ਕਦੇ ਵੀ ਜਿਉਂਦਾ ਨਹੀਂ। ਮਨਮੁੱਖ ਤੇ ਦੂਸਰਿਆਂ ਨੂੰ ਉਜਾੜ ਕੇ ਖੁਸ਼ ਹੁੰਦਾ ਹੈ, ਗੁਰਮੁਖ ਦੂਸਰਿਆਂ ਨੂੰ ਵਸਾ ਕੇ ਖੁਸ਼ ਹੁੰਦਾ ਹੈ। ਇਤਨਾ ਫਰਕ ਹੈ ਮਨਮੁੱਖ ਤੇ ਗੁਰਮੁਖ ਦੇ ਵਿੱਚ। ਮਨਮੁੱਖ ਲੁੱਟਦਾ ਹੈ, ਗੁਰਮੁਖ ਵੰਡਦਾ ਹੈ, ਮਨਮੁੱਖ ਚਰਾਉਂਦਾ ਹੈ ਤੇ ਪਰ ਗੁਰਮੁਖ ਵੰਡਦਾ ਹੈ, ਉਹ ਕਦੇ ਕਿਸੇ ਕੋ ਖੁੰਦਾ ਨਹੀਂ, ਉਹ ਵੰਡਦਾ ਹੈ, ਭਲਾ ਕਰਦਾ ਹੈ। ਔਰ ਸਾਹਿਬ ਆਖਰੇ ਨੇ ਉਹਨਾਂ ਅੰਦਰ ਕੂੜ, ਉਹਨਾਂ ਦੇ ਅੰਦਰ ਝੂਠ ਹੈ, ਕੂੜ ਹੈ, ਔਰ ਸਵਾਓ ਹੈ, ਸਵਾਰਥੀ ਵਿਰਤੀ ਵਾਲੇ ਨੇ। ਸਵਾਰਥ ਕਰਕੇ ਜੇ ਕਿਤੇ ਉਹ ਵੇਖਣ ਵੀ ਆ ਧਰਮ ਦੀ ਦੁਨੀਆਂ ਦੇ ਵਿੱਚ ਮਨੁੱਖ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ ਪਹਿਰਾਵੇ ਦੇ ਰਾਹੀਂ, ਕਿਉਂਕਿ ਸੁਹਾਗਣ ਦੀ ਵੀ ਕੋਈ ਨਿਸ਼ਾਨੀ ਹੁੰਦੀ ਹੈ,
ਪਤਾ ਲੱਗਦਾ ਇਹ ਸੁਹਾਗਣ ਹੈ। ਤੋ ਐਵੇਂ ਧਾਰਮਿਕ ਬੰਦੇ ਦਾ ਵੀ ਪਹਿਰਾਵਾ ਹੈ, ਪਤਾ ਲੱਗਦਾ ਇਹ ਗੁਰਮੁਖ ਹੈ, ਬਾਹਰੀ ਤੌਰ 'ਤੇ ਪਹਿਰਾਵਾ ਵੀ ਸਾਨੂੰ ਦਰਸਾਉਂਦਾ ਹੈ, ਪਰ ਅਸਲ ਵਿੱਚ ਹੁੰਦਾ ਤਾਂ ਜੀਵਨ ਹੀ ਧਰਮੀ ਹੈ। ਪਹਿਰਾਵੇ ਦਾ ਸੰਬੰਧ ਤਾਂ ਕੋਈ ਨਹੀਂ ਹੁੰਦਾ, ਪਰ ਪਹਿਰਾਵਾ ਇੱਕ ਪ੍ਰਤੀਕ ਹੈ, ਪ੍ਰਤੀਕ ਦੇ ਤੌਰ 'ਤੇ। ਪਰ ਜੇ ਉਹ ਪ੍ਰਤੀਕ ਨੂੰ ਪਾ ਤੇ ਲਵੇ ਪਰ ਅੰਦਰ ਧਰਮ ਨਾ ਕਮਾਏ ਤੇ ਉਹ ਮਹਾਨ ਠੱਗ ਹੋ ਜਾਂਦੇ ਨੇ। ਭਗਤ ਕਬੀਰ ਜੀ ਨੇ ਇੱਕ ਬਚਨ ਆਖਿਆ ਹੈ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ, ਕਿਉਂਕਿ ਤਿੰਨ ਤੰਦਾਂ ਵਾਲਾ ਜਨੇਊ ਹੁੰਦਾ ਹੈ। ਗੱਜ ਸਾਡੇ ਸਾਢੇ ਤਿੰਨ ਗੱਜ ਦੀਆਂ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵਾਗ। ਨਿਵਾਗ ਦਾ ਕੀ ਅਰਥ ਹੈ? ਲਿਸ਼ਕਦੇ ਹੋਏ। ਲੋਟੇ ਹੱਥ ਨਿਵਾਗ ਓਏ ਹਰ ਕੇ ਸੰਤ ਨ ਆਖੀਐ, ਕਿਉਂਕਿ ਪਹਿਰਾਵਾ ਤੇ ਸਾਧੂਆਂ ਵਾਲਾ ਹੈ। ਓਏ ਹਰ ਕੇ ਸੰਤ ਨ ਆਖੀਐ ਬਾਨਾਰਸ ਕੇ ਠੱਗ, ਇਹ ਠੱਗ ਨੇ। ਇਉਂ ਕਰਕੇ ਆਪਣੀ ਸਵਾਰਥ ਵਿਰਤੀ ਨਾਲ ਤੇ ਆ ਸਕਦੇ ਨੇ, ਪਰ ਕਰਦੇ ਉਹ ਠੱਗੀਆਂ ਨੇ, ਧਰਮ ਚ ਰਲਦੇ ਨਹੀਂ। ਔਰ ਇਹੀ ਪੁਰਖ ਜਿਹੜੇ ਨੇ ਫਿਰ ਧਰਮ ਵਿੱਚ ਵੰਡੀਆਂ ਪਾ ਕੇ ਆਪਣੀਆਂ ਵੱਖਰੀਆਂ ਸੰਪਰਦਾਵਾਂ ਚਲਾ ਦਿੰਦੇ ਨੇ, ਧਰਮ ਦੇ ਅੰਦਰ ਫਿਰ ਵੱਖਰਾਪਨ ਪੈਦਾ ਕਰਕੇ ਬੈਠ ਜਾਂਦੇ ਨੇ, ਔਰ ਆਮ ਇਨਸਾਨ ਨੂੰ ਅੱਖਾਂ ਦਾ ਉਹ ਧੋਖਾ ਦੇਈ ਰੱਖਦੇ ਨੇ, ਔਰ ਅੰਨੇ ਸ਼ਰਧਾ ਦੇ ਬਸ ਉਹ ਆਪਣਾ ਆਪ ਸਭ ਲੁਟਾਈ ਜਾਂਦੇ ਨੇ। ਪਰ ਇਹੋ ਜਿਹੇ ਬੰਦੇ ਧਰਮ 'ਚ ਰਲਦੇ ਨਹੀਂ। ਜੇ ਪੰਥ ਨੇ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਤੇ ਉਸ ਮਰਿਆਦਾ ਵਿੱਚ ਰਲਣ ਲਈ ਤਿਆਰ ਨਹੀਂ ਹਨ, ਮਰਿਆਦਾ ਵਿੱਚ ਰਲਣ ਲਈ ਤਿਆਰ ਨਹੀਂ ਹੁੰਦੇ। ਵੱਖਰੀ ਮਰਿਆਦਾਵਾਂ ਕਾਇਮ ਕੀਤੀਆਂ ਹੋਣ ਤੇ ਪਤਾ ਨਹੀਂ ਕਿੰਨੀਆਂ ਮਰਿਆਦਾਵਾਂ ਸਾਡੀਆਂ ਅਲੱਗ ਅਲੱਗ ਬਣ ਗਈਆਂ। ਰਹਿ ਰਾਸ ਦੀ ਮਰਿਆਦਾ ਹੀ ਅਲੱਗ ਅਲੱਗ ਬੜੀ ਹੈ, ਪਾਠ ਹੀ ਬੜਾ ਅਲੱਗ ਅਲੱਗ। ਔਰ ਜਿਗਿਆਸੂ ਨੂੰ ਬੜੇ ਭੁਲੇਖੇ ਪੈਂਦੇ ਨੇ ਵੀ ਸਹੀ ਰਹਿ ਰਾਸ ਕਿੰਨੀ, ਪੁੱਛਦੀਆਂ ਸੰਗਤਾਂ। ਦੇਖੋ ਨੌ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਰਹਿ ਰਾਸ ਸਾਹਿਬ ਜੀ ਦੇ, ਔਰ ਨੌ ਸ਼ਬਦ ਤੇ ਉਹ ਨੇ, ਔਰ ਰਹਿਤ ਮਰਿਆਦਾ 'ਚ ਬਿਲਕੁਲ ਸਪਸ਼ਟ ਲਿਖਿਆ ਹੋਇਆ। ਪਰ ਇਹ ਰਲਦੇ ਨਹੀਂ ਹਨ ਜਿਹਨਾਂ ਅੰਦਰ ਕੂੜ ਵਰਤਦਾ ਤੇ ਜਿਹੜੇ ਸਵਾਰਥੀ ਪੁਰਖ ਨੇ ਨਾ ਉਹ ਵਿੱਚ ਰਲਦੇ ਨਹੀਂ, ਕਿਉਂਕਿ ਧਰਮ ਅੰਦਰ ਨਹੀਂ। ਧਰਮ ਅੰਦਰ ਹੋਏ ਤੇ ਪਤਾ ਹੋਏ ਸੱਚ ਕੀ ਹੈ, ਜੀਵਨ ਕੀ ਹੈ, ਬਰਬਾਦ ਕਰ ਜਾਵਾਂਗੇ, ਉਹ ਆਪ ਹੀ ਗੁਰੂ ਬਣ ਜਾਂਦੇ ਨੇ। ਪਰ ਅਖੀਰ ਤੇ ਉਹਨਾਂ ਨੂੰ ਵੀ ਪਛਤਾਵਾ ਹੀ ਹੁੰਦਾ ਹੈ ਜਦੋਂ ਫਿਰ ਜੀਵਨ ਦਾ ਪਤਾ ਲੱਗਦਾ ਐਵੇਂ ਖੁਦਗਰਜੀਆਂ ਕਰਦੇ ਰਹਿ ਗਏ। ਗੁਰੂ ਸਾਹਿਬ ਨੇ ਤੇ ਇਹੋ ਜਿਹੇ ਬੜੇ ਪੁਰਖਾਂ ਨੂੰ ਸਮਝਾਇਆ, ਸੱਜਣ ਠੱਗ ਨੂੰ ਸਮਝਾਇਆ ਸੀ। ਫਿਰ ਕਲਯੁਗੀ ਪਾਂਡਾ ਬੈਠਾ ਹੋਇਆ, ਉਹਨੂੰ ਸਮਝਾਇਆ, ਬੈਸ ਨੂੰ ਸਾਧ ਨੂੰ ਹਰਿਦੁਆਰ ਸਮਝਾਇਆ, ਭਾਈ ਕਿਹੜੇ ਪਾਸੇ ਲੱਗੇ ਹੋ ਤੁਸੀਂ, ਭੇਖ ਦਿਖਾਏਣ ਜਗਤ ਵਾਲੀ ਗੱਲ ਬਣੀ ਪਈ, ਜਗਤ ਨੂੰ ਭੇਖ ਦਿਖਾਉਂਦੇ ਤੇ ਭੇਖੀ ਪ੍ਰਭੂ ਨਾ ਲੱਭੀ, ਭੇਖੀਆਂ ਨੂੰ ਰੱਬ ਨਹੀਂ ਕਦੇ ਲੱਭਦਾ। ਤੋ ਸੰਸਾਰ ਦੇ ਮਨਮੁੱਖ ਪ੍ਰਾਣੀ ਧਰਮ ਵਿੱਚ ਰਲਦੇ ਨਹੀਂ ਹਨ। ਜੇ ਕੋਈ ਯਤਨ ਕਰੇ ਵੀ ਅਸੀਂ ਧਰਮ ਦੇ ਵਿੱਚ ਰਲਾ ਲਈਏ ਪਰ ਉਹ ਧਰਮ ਵਿੱਚ ਰਲਦੇ ਨਹੀਂ, ਉਹ ਅਧਰਮੀ ਹੀ ਰਹਿੰਦੇ ਨੇ, ਉਹਨਾਂ ਅੰਦਰ ਧਰਮ ਪੱਲਰਦਾ ਹੀ ਨਹੀਂ ਹੈ। ਤੇ ਜੇ ਕਿਤੇ ਕਿਸੇ ਕਾਰਨ ਅਧਰਮੀ ਬੰਦੇ ਉਸ ਜਗ੍ਹਾ ਦੇ ਮਾਲਕ ਬਣ ਕੇ ਬੈਠ ਜਾਣ ਜਿਸ ਸਰੋਵਰ ਦਾ ਜਲ ਛੱਕ ਕੇ ਲੋਕਾਂ ਨੂੰ ਤ੍ਰਿਪਤੀ ਹੋਣੀ ਹੈ ਤੇ ਉਹ ਜਲ ਛਕਾਉਣ ਹੀ ਨਾ ਦੇਣ ਤੇ ਫਿਰ ਦੱਸੋ ਜਗਤ ਦਾ ਕੀ ਹਾਲ ਹੋਏਗਾ, ਕੀ ਹਾਲ ਹੋਏਗਾ? ਕਿਉਂਕਿ ਉਹ ਆਪ ਤੇ ਪੀਂਦੇ ਨੇ, ਉਹਨਾਂ ਨੂੰ ਕੌੜਾ ਲੱਗਦਾ ਹੈ, ਕਿਸੇ ਨੂੰ ਉਹ ਪੀਣ ਨਹੀਂ ਦਿੰਦੇ। ਤੋ ਸਾਹਿਬ ਸਮਝਾਉਂਦੇ ਨੇ ਭਾਈ ਉਹ ਧਰਮ ਲਾਏ ਨਾ ਰਲਣ, ਉਹਨਾਂ ਅੰਦਰ ਕੂੜ ਸਵਾਓ, ਨਾਨਕ ਕਰਤੈ ਬਣਤ ਬਣਾਈ, ਮਨਮੁਖ ਕੂੜ ਬੋਲ ਬੋਲ ਡੁੱਬੇ, ਗੁਰਮੁਖ ਤਰੇ ਜਪ ਹਰ ਨਾਉ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ ਕਿ ਕਰਤਾ ਪੁਰਖ ਪਰਮਾਤਮਾ ਨੇ ਐਸੀ ਬਿਉਂਤ ਬਣਾਈ ਹੈ ਕਿ ਜਿਹੜਾ ਬੰਦਾ ਕੂੜ ਬੋਲੇਗਾ ਉਹ ਡੁੱਬ ਜਾਏਗਾ, ਕਿਉਂਕਿ ਨਿਯਮ ਨੇ ਨਾ, ਹੁਕਮ ਹੈ। ਜਿੱਥੇ ਅਸੀਂ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਗੁਰੂ ਸਾਹਿਬ ਜੀ ਦੇ ਬਚਨ ਨੇ ਵੀ ਸਭ ਕੁਝ ਉਹਦੇ ਹੁਕਮ 'ਚ ਹੁੰਦਾ ਹੈ।
ਹੁਕਮ ਤੋਂ ਬਾਹਰ ਕੋਈ ਨਹੀਂ। ਤੇ ਇਹ ਵੀ ਉਹਦਾ ਹੀ ਬਣਾਇਆ ਹੋਇਆ ਹੁਕਮ ਤੇ ਨਿਯਮ ਹੈ ਵੀ ਜਿਹੜਾ ਕੂੜ ਬੋਲੇਗਾ ਭਾਈ ਉਹ ਖੁਆਰ ਹੋਏਗਾ, ਉਹ ਤਰੇਗਾ ਨਹੀਂ ਡੁੱਬ ਜਾਏਗਾ, ਪਰ ਜਿਹੜਾ ਨਾਮ ਜਪੇਗਾ ਉਹ ਤਰ ਜਾਏਗਾ। ਮਨਮੁਖ ਕੂੜ ਬੋਲ ਬੋਲ ਡੁੱਬੇ, ਮਨਮੁਖ ਵਿਰਤੀਆਂ ਵਾਲੇ ਇਨਸਾਨ ਝੂਠ ਬੋਲ ਬੋਲ ਕੇ ਮਾਇਆ ਦੇ ਵਿੱਚ ਵਿਕਾਰਾਂ ਵਿੱਚ ਡੁੱਬ ਗਏ। ਗੁਰਮੁਖ ਤਰੇ ਜਪ ਹਰ ਨਾਉ, ਤੇ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲੇ, ਗੁਰੂ ਅਨੁਸਾਰੀ ਜੀਵਨ ਬਤੀਤ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤਰ ਗਏ, ਉਹ ਡੁੱਬੇ ਨਹੀਂ। ਅੱਗੇ ਪੌੜੀ ਅੰਦਰ ਸਤਿਗੁਰੂ ਜੀ ਬਚਨ ਕਰ ਰਹੇ ਨੇ, ਪੌੜੀ ਬਿਨ ਬੂਝੇ ਵੱਡਾ ਫੇਰ ਪਿਆ, ਫਿਰ ਆਵੇ ਜਾਏ। ਮਨਮੁਖ ਰਹਿਣ ਕਰਕੇ ਪਰਮਾਤਮਾ ਨੂੰ ਤੇ ਆਤਮਾ ਨੂੰ ਸਮਝਿਆ ਨਹੀਂ, ਜੀਵਨ ਦੀ ਅਸਲੀਅਤ ਨੂੰ ਨਹੀਂ ਬੁੱਝਿਆ, ਤੇ ਕਾਰਨ ਕੀ ਹੋਇਆ? ਵੱਡਾ ਫੇਰ ਪਿਆ, ਫਿਰ ਆਵੇ ਜਾਈ। ਮਰਨ ਜੰਮਣ ਦਾ ਵੱਡਾ ਫੇਰ ਪੈ ਗਿਆ, ਆਉਣ ਜਾਣ ਦਾ ਚੱਕਰ ਬਣ ਗਿਆ, ਛੁਟਕਾਰਾ ਨਹੀਂ ਹੋਇਆ। ਸਤਿਗੁਰ ਕੀ ਸੇਵਾ ਨਾ ਕੀਤੀਆਂ, ਅੰਤ ਗਿਆ ਪਛਤਾਈ। ਉਹ ਜਿਹੜੇ ਮਨਮੁਖ ਵਿਰਤੀਆਂ ਵਾਲੇ ਨੇ ਉਹ ਸਤਿਗੁਰ ਦੀ ਸੇਵਾ ਨਹੀਂ ਕਰਦੇ, ਆਖਰੀ ਤੱਕ ਨਹੀਂ ਕਰਦੇ। ਸਤਿਗੁਰ ਦੀ ਸੇਵਾ ਅਸਲ ਕੀ? ਗੁਰੂ ਦਾ ਹੁਕਮ ਮੰਨਣਾ, ਗੁਰੂ ਨੇ ਜੋ ਹੁਕਮ ਕੀਤਾ ਉਹਦੇ ਅੱਗੇ ਸਿਰ ਨਵਾ ਕੇ ਤੁਰ ਪਏ, ਉਹ ਹੈ ਗੁਰੂ ਦੀ ਸੇਵਾ ਕਰਨੀ। ਪਰ ਜਿਹਨਾਂ ਨੇ ਸੇਵਾ ਨਹੀਂ ਕੀਤੀ ਆਖਰ ਕੀ ਹੋਇਆ? ਅੰਤ ਗਿਆ ਪਛਤਾਈ, ਤੇ ਸੰਸਾਰ ਤੋਂ ਆਖਰੀ ਸਮੇਂ ਪਛਤਾਵਾ ਹੀ ਹੱਥ ਲੱਗਿਆ, ਪਛਤਾਉਂਦੇ ਹੀ ਚਲੇ ਗਏ, ਪ੍ਰਾਪਤੀ ਨਹੀਂ ਕੁਛ ਹੋਈ। ਆਪਣੀ ਕਿਰਪਾ ਕਰੇ ਗੁਰ ਪਾਈ ਹੈ, ਵਿੱਚੋਂ ਆਪ ਗਵਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ ਕਿ ਜਿਹਨਾਂ ਦੇ ਉੱਤੇ ਪਰਮਾਤਮਾ ਆਪਣੀ ਆਪ ਕਿਰਪਾ ਕਰਦਾ ਹੈ ਉਹਨਾਂ ਨੂੰ ਗੁਰੂ ਪ੍ਰਾਪਤ ਹੁੰਦਾ ਹੈ, ਗੁਰ ਪਾਈ ਉਹਨਾਂ ਨੇ ਗੁਰੂ ਪ੍ਰਾਪਤ ਕੀਤਾ। ਤੇ ਜਿਹਨਾਂ ਨੂੰ ਗੁਰੂ ਪ੍ਰਾਪਤ ਹੋ ਗਿਆ, ਵਿੱਚੋਂ ਆਪ ਗਵਾਈ, ਉਹਨਾਂ ਨੇ ਆਪਣੇ ਅੰਦਰੋਂ ਮੈਂ ਗਵਾ ਦਿੱਤੀ ਵੀ ਮੈਂ ਵੀ ਕੁਛ ਹਾਂ, ਉਹਨਾਂ ਅੰਦਰੋਂ ਡਿੱਗ ਗਿਆ, ਉਹ ਹਉਮੈ ਵਿੱਚ ਕਦੇ ਵੀ ਨਹੀਂ ਆਉਂਦੇ। ਔਰ ਜੋ ਕਰਦੇ ਵੀ ਨੇ ਨਾ, ਤੇ ਉਹ ਨਹੀਂ ਕਹਿੰਦੇ ਮੈਂ ਕੀਤਾ, ਉਹ ਕਹਿਣਗੇ ਗੁਰਪ੍ਰਸਾਦ ਹੈ, ਗੁਰੂ ਵਰਤਿਆ ਹੈ, ਗੁਰੂ ਨੇ ਆਪ ਕੀਤਾ ਹੈ, ਮੈਂ ਨਹੀਂ ਕੁਛ ਵੀ ਕੀਤਾ। ਭਗਤ ਕਬੀਰ ਜੀ ਨੇ ਇੱਥੇ ਬਚਨ ਆਖੇ ਨੇ, ਆਖਿਆ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ। ਮੇਰਾ ਮਨਮੁਖ ਵਿਰਤੀਆਂ ਵਾਲੇ ਕਹਿਣਗੇ ਮੈਂ ਕੀਤਾ ਮੈਂ ਕੀਤਾ, ਉਹ ਧਰਮ ਦਾ ਕੰਮ ਕਰਕੇ ਵੀ ਕਹਿੰਦੇ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ, ਜਦੋਂ ਕਿ ਸੇਵਾ ਕਰਦਿਆਂ 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 ਅੰਦਰੋਂ ਮੈਂ ਖੋ ਜਾਂਦੀ ਹੈ, ਨਾ ਕਿ ਸੇਵਾ ਕਰਦਿਆਂ ਕਰਦਿਆਂ ਮੈਂ ਬਣ ਜਾਂਦੀ ਹੈ। ਕਦੋਂ ਮੈਂ ਬਣ ਜਾਏਗੀ? ਜਦੋਂ ਮਨਮੁਖੀ ਵਿਰਤੀ ਰਹੇਗੀ, ਮੈਂ ਕਰਦਾ ਹਾਂ, ਔਰ ਮੈਂ ਮਿਟੇਗੀ ਗੁਰੂ ਦੀ ਕਿਰਪਾ ਦੇ ਨਾਲ। ਔਰ ਸਾਹਿਬ ਆਖਦੇ ਜਿਹੜਾ ਗੁਰਮੁਖ ਹੋ ਗਿਆ, ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ, ਉਹਦੇ ਅੰਦਰ ਮੈਂ ਪ੍ਰਬਲ ਨਹੀਂ ਹੁੰਦੀ, ਮੈਂ ਮਿਟ ਜਾਂਦੀ ਹੈ, ਉਹ ਕਹਿੰਦੇ ਗੁਰੂ ਦੀ ਕਿਰਪਾ ਹੈ, ਗੁਰੂ ਨੇ ਆਪ ਵਰਤ ਕੇ ਇਹ ਸੇਵਾ ਲਈ ਹੈ, ਮੇਰੇ ਚ ਕੀ ਸਮਰੱਥਾ ਸੀ ਮੈਂ ਕਰ ਸਕਦਾ। ਜੇ ਵੇਖੋ ਉਹ ਅੱਖਾਂ ਹੀ ਨਾ ਦੇਵੇ ਤੇ ਚੱਲ ਕੇ ਕਿਵੇਂ ਆਵਾਂਗੇ, ਦੇਖ ਹੀ ਗੁਰੂ ਨੂੰ ਕਿਵੇਂ ਸਕਾਂਗੇ, ਭਾਵ ਬਾਣੀ ਦੇ ਦਰਸ਼ਨ ਕਿਵੇਂ ਕਰਾਂਗੇ, ਜੇ ਪੈਰ ਹੀ ਨਾ ਹੋਵਣ ਤੇ ਚੱਲ ਕੇ ਕਿਵੇਂ ਆਵਾਂਗੇ, ਹੱਥ ਹੀ ਨਾ ਹੋਵਣ ਤੇ ਭਾਂਡੇ ਕਿਵੇਂ ਮਾਂਜਾਂਗੇ, ਕਿਵੇਂ ਸੰਗਤ ਦੀ ਸੇਵਾ ਕਰਾਂਗੇ, ਜੇ ਬੁੱਧੀ ਹੀ ਨਾ ਉਹ ਦੇਵੇ ਤੇ ਦੱਸੋ ਵਿਚਾਰ ਕਿਵੇਂ ਕਰਾਂਗੇ। ਜਿਹਨਾਂ ਨੂੰ ਇਹ ਸਮਝ ਆ ਗਈ, ਅਹੰਕਾਰ ਰਾਹੀ ਮਾਤਰ ਵੀ ਨਹੀਂ ਰਹਿੰਦਾ। ਔਰ ਇੱਥੋਂ ਤੱਕ ਕਿ ਕਈ ਵਾਰੀ ਕੀ ਹੁੰਦਾ, ਮੈਂ ਹਉਮੈ ਨਹੀਂ ਕਰਦਾ ਇਹ ਵੀ ਹਉਮੈ ਹੈ, ਮੈਂ ਹਉਮੈ ਨਹੀਂ ਕਰਦਾ ਇਹ ਵੀ ਹਉਮੈ ਬਣ ਜਾਂਦੀ ਹੈ, ਸੂਸ਼ਮ ਹਉਮੈ ਕਿਹਾ ਜਾਂਦਾ ਇਹਨੂੰ। ਤੇ ਉਹਨਾਂ ਅੰਦਰ ਇੱਥੋਂ ਤੱਕ ਵੀ ਨਹੀਂ ਰਹਿੰਦਾ। ਸਾਹਿਬ ਆਖਦੇ ਨੇ ਵਿੱਚੋਂ ਆਪ ਗਵਾਈ, ਗੁਰੂ ਦੀ ਕਿਰਪਾ ਨਾਲ ਆਪਣਾ ਆਪਾ ਗਵਾ ਦਿੰਦੇ ਨੇ। ਤ੍ਰਿਸ਼ਨਾ ਭੁੱਖ ਵਿੱਚੋਂ ਉਤਰੈ, ਸੁਖ ਵਸੈ ਮਨ ਆਈ। ਹੁਣ ਉਹਨਾਂ ਦੇ ਅੰਦਰੋਂ
ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ, ਮਨ ਤ੍ਰਿਸ਼ਨਾਲੂ ਨਹੀਂ ਰਹਿੰਦਾ। ਨਹੀਂ ਤਾਂ ਤ੍ਰਿਸ਼ਨਾ ਬੰਦੇ ਦੀ ਕਦੇ ਖਤਮ ਨਹੀਂ ਹੁੰਦੀ। ਤ੍ਰਿਸ਼ਨਾ ਦੇ ਵਿੱਚ ਬੰਦਾ ਸੜਦਾ ਰਹਿੰਦਾ ਹੈ। ਤਨ ਮੈਂ ਤ੍ਰਿਸ਼ਨਾ ਅੱਗ, ਤਨ ਵਿੱਚ ਕਾਹਦੀ ਅੱਗ ਬਲ ਰਹੀ ਹੈ? ਤ੍ਰਿਸ਼ਨਾ ਦੀ। ਤਨ ਮੈਂ ਤ੍ਰਿਸ਼ਨਾ ਅੱਗ ਕਿਵੇਂ ਬੁੱਝਦੀ? ਗੁਰ ਸ਼ਬਦ ਬੁਝਾਈ ਹੈ, ਗੁਰੂ ਦੇ ਸ਼ਬਦ ਦੁਆਰਾ ਬੁੱਝਦੀ। ਗੁਰੂ ਦਾ ਸ਼ਬਦ ਕਿਵੇਂ ਬੁਝਾਉਂਦੇ ਨੇ? ਸਤਿਗੁਰ ਦਾ ਸ਼ਬਦ ਕਿਵੇਂ ਬੁਝਾਉਂਦਾ ਹੈ? ਤਾਂ ਸਾਹਿਬ ਉਪਦੇਸ਼ ਦੇ ਕੇ ਬੁਝਾਉਂਦੇ ਨੇ, ਭਾਈ ਸੁਣ, ਮਾਇਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨੀ ਧਰਾਪੈ ਬਿਨ ਹਰ ਕਹਾਂ ਅਗਾਈ। ਵੇਖ ਭਾਈ, ਮਾਇਆ ਵਿੱਚ ਰਹਿ ਕੇ ਤ੍ਰਿਪਤੀ ਨਹੀਂ ਆਈ ਕਿਸ ਨੂੰ ਅੱਜ ਤੱਕ? ਵੇਖ, ਲੱਕੜਾਂ ਵੇਖੀਆਂ ਕਦੀ? ਅੱਗ ਵੇਖੀ, ਅੱਗ 'ਚ ਲੱਕੜਾਂ ਪਾਈ ਜਾਓ, ਅੱਗ ਬੁੱਝਦੀ ਹੈ, ਅੱਗ ਹੋਰ ਮੱਚਦੀ ਹੈ, ਅੱਗ ਹੋਰ ਮੱਚਦੀ ਹੈ। ਬਿਨ ਹਰ ਕਹਾਂ ਅਗਾਈ, ਦੱਸੋ ਪਰਮਾਤਮਾ ਤੋਂ ਬਿਨਾਂ ਵੀ ਇਹ ਤ੍ਰਿਸ਼ਨਾ ਦੀ ਅੱਗ ਮਿਟਦੀ ਨਹੀਂ, ਨਾਮ ਨਾਲ ਹੀ ਮਿਟਦੀ ਹੈ। ਨਾਮ ਰਾਹੀਂ ਹੀ ਸੰਤੋਖ ਆਏਗਾ, ਜਿੱਥੇ ਸੰਤੋਖ ਉੱਥੇ ਤ੍ਰਿਸ਼ਨਾ ਨਹੀਂ ਹੁੰਦੀ। ਤਾਂ ਮਹਾਰਾਜ ਆਖਦੇ ਨੇ, ਤ੍ਰਿਸ਼ਨਾ ਭੁੱਖ ਵਿੱਚੋਂ ਉਤਰੇ ਸੁੱਖ ਵਸੈ ਮਨ ਆਈ, ਉਹਦੇ ਮਨ ਵਿੱਚ ਆ ਕੇ ਸੁੱਖ ਵਸ ਜਾਂਦਾ ਹੈ, ਮਨ ਸੁਖੀ ਹੋ ਜਾਂਦਾ ਹੈ ਔਰ ਮਨ 'ਚ ਦੁੱਖ ਨਹੀਂ ਰਹਿੰਦਾ। ਮਨ ਚੜ੍ਹਦੀ ਕਲਾ 'ਚ ਰਹਿੰਦਾ, ਆਨੰਦ 'ਚ ਰਹਿੰਦਾ, ਘੋੜਿਆਂ 'ਤੇ ਬੈਠ ਕੇ ਜੰਗਲਾਂ 'ਚ ਰਹਿ ਕੇ ਖਾ ਕੇ ਚਣੇ ਵੀ ਚੜ੍ਹਦੀ ਕਲਾ 'ਚ ਸਿੰਘ ਰਹਿੰਦੇ ਸੀ। ਕਿਉਂ? ਕਿਉਂਕਿ ਅੰਦਰ ਸੱਚ ਹੈ, ਚੜ੍ਹਦੀ ਕਲਾ ਇਹ ਨਾਮ ਦਾ ਪ੍ਰਗਟਾ ਹੈ, ਭਗਤੀ ਹੈ, ਬਾਣੀ ਨਾਲ ਜੁੜੇ ਨੇ, ਗੁਰੂ ਸਿਧਾਂਤ ਨਾਲ ਜੁੜੇ ਨੇ। ਜੇ ਅੱਜ ਏਸੀ ਵਾਲੀਆਂ ਕੋਠੀਆਂ ਦੇ ਵਿੱਚ ਰਹਿ ਰਹਿ ਕੇ ਵੀ ਮਨ ਬਿਲਕ ਰਹੇ ਨੇ ਨਾ, ਮਨ ਤੜਫ ਰਹੇ ਨੇ, ਤੇ ਕਾਰਨ ਕੀ? ਭਾਈ ਬਾਣੀ ਤੋਂ ਟੁੱਟ ਗਏ, ਗੁਰੂ ਦੇ ਸਿਧਾਂਤ ਤੋਂ ਟੁੱਟ ਗਏ ਹੈ। ਤੇ ਉਹ ਬਿਲਕਣਾ ਤਾਂ ਹੀ ਖਤਮ ਹੋਏਗੀ ਜੇ ਅਸੀਂ ਗੁਰ ਸ਼ਬਦ ਨਾਲ ਜੁੜਾਂਗੇ, ਗੁਰੂ ਉਪਦੇਸ਼ ਨਾਲ ਜੁੜਾਂਗੇ, ਤੇ ਅੰਦਰ ਸੁੱਖ ਵਸ ਜਾਏਗਾ। ਸਦਾ ਸਦਾ ਸਾਲਾਹੀ ਐ ਹਿਰਦੈ ਲਿਵਲਾਈ। ਫਿਰ ਉਹਨਾਂ ਨੂੰ ਸਮਝ ਲੱਗ ਜਾਂਦੀ ਵੀ ਸਦਾ ਹੀ ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਹਿਰਦੇ ਦੇ ਵਿੱਚ ਕੇਵਲ ਕਿਸ ਨਾਲ ਲਿਵ ਲਾਉਣੀ ਚਾਹੀਦੀ ਹੈ? ਕੇਵਲ ਪਰਮਾਤਮਾ ਦੇ ਨਾਲ ਲਿਵ ਲਾਉਣੀ ਚਾਹੀਦੀ ਹੈ। ਔਰ ਇਸ ਤਰ੍ਹਾਂ ਉਹਨਾਂ ਦਾ ਜੀਵਨ ਜਿਹੜਾ ਹੈ ਮਹਾਨ ਹੋ ਜਾਂਦਾ ਹੈ, ਜੀਵਨ ਸਫਲ ਹੋ ਜਾਂਦਾ ਗੁਰਮੁਖਾਂ ਦਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਉਹ ਤੇ ਮੂਲ ਵੀ ਗਵਾ ਕੇ ਚਲੇ ਗਏ, ਉਹਨਾਂ ਵਾਧਾ ਕੀ ਕਰਨਾ ਸੀ, ਉਹ ਤਾਂ ਮੂਲ ਵੀ ਉਹਨਾਂ ਦਾ ਖੋ ਗਿਆ। ਤੋ ਅੱਗੇ ਜਿਹੜੀ ਵਿਚਾਰ ਹੈ, 5 ਮਿੰਟ ਹੋਰ ਲਾਉਣੇ ਨੇ ਕਿਉਂਕਿ ਸੰਗਤਾਂ ਦੇ ਕੱਲ੍ਹ ਬਹੁਤ ਫੋਨ ਆਏ ਸਨ, ਕਿ ਰੱਖੜੀ ਦੇ ਬਾਰੇ ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਦੱਸੋ। ਕੁਝ ਕਰਮ ਕਾਂਡ ਨੇ, ਕਿਉਂਕਿ ਜਦੋਂ ਵੀ ਕੋਈ ਵਿਅਕਤੀ ਉਹਨੂੰ ਦੂਜਾ ਧਰਮ ਚੰਗਾ ਲੱਗਦਾ, ਉਹ ਆਪਣਾ ਧਰਮ ਛੱਡ ਕੇ ਦੂਸਰੇ ਧਰਮ 'ਚ ਪ੍ਰਵੇਸ਼ ਕਰਦਾ ਹੈ। ਕੁਝ ਐਸੇ ਹੁੰਦੇ ਨੇ ਜਿਹੜੇ ਪੂਰੀ ਗੁਰੂ ਦੀ ਗੱਲ ਮੰਨ ਲੈਂਦੇ ਨੇ ਵੀ ਜੋ ਗੁਰੂ ਨੇ ਕਿਹਾ ਉਹ ਸਭ ਕੁਝ ਹੀ ਅਪਣਾ ਲਿਆ। ਪਰ ਕੁਝ ਐਸੇ ਵੀ ਹੁੰਦੇ ਨੇ, ਆਉਂਦੇ ਤੇ ਹਨ ਗੁਰੂ ਕੋਲ, ਹੌਲੀ ਹੌਲੀ ਸ਼ਰਧਾਲੂ ਵੀ ਬਣ ਜਾਂਦੇ ਨੇ, ਪਰ ਕੁਝ ਉਹ ਕਰਮ ਵੀ ਕਰਦੇ ਰਹਿੰਦੇ ਨੇ ਜਿਸ ਧਰਮ ਵਿੱਚੋਂ ਆਏ ਨੇ। ਕੁਝ ਉੱਧਰ ਜੁੜੇ ਰਹਿੰਦੇ ਨੇ, ਕੁਝ ਇੱਧਰ ਜੁੜੇ ਰਹਿੰਦੇ ਨੇ। ਸਮਾਂ ਪਾ ਕੇ ਉਹ ਸਿੱਖੀ ਦੇ ਵਿਹੜੇ ਵਿੱਚ ਪੂਰੀ ਤਰ੍ਹਾਂ ਵੀ ਆ ਗਏ, ਪਰ ਉਹ ਜਿਹੜੇ ਕਰਮ ਕਾਂਡ ਉੱਧਰ ਕਰਦੇ ਸਨ ਉਹ ਇੱਧਰ ਵੀ ਖਿੱਚ ਕੇ ਲੈ ਆਏ। ਉਹ ਅਜੇ ਤੱਕ ਸਾਡੇ ਅੱਧਿਆਂ ਦੇ ਵਿੱਚੋਂ, ਭਾਵ ਜਿਹੜੇ ਗੁਰੂ ਦੀ ਪੂਰੀ ਗੱਲ ਮੰਨਦੇ ਨੇ ਉਹਨਾਂ 'ਤੇ ਉਹ ਕਰਮ ਕਾਂਡ ਛੱਡ ਦਿੱਤੇ, ਪਰ ਕੁਝ ਅਜੇ ਵੀ ਜਿਹੜਾ ਅੰਦਰ ਅਧੂਰਾਪਨ ਹੈ ਉਹ ਕਰਮ ਕਾਂਡ ਕਰਦੇ ਨੇ। ਉਹਨਾਂ ਕਰਮ ਕਾਂਡਾਂ ਦੇ ਵਿੱਚੋਂ ਦੇਖੋ, ਇੱਕ ਰੱਖੜੀ ਵੀ ਹੈ, ਇਹਦਾ ਜਿਹੜਾ ਪਿਛੋਕੜ ਹੈ, ਜੋ ਮੁੱਖ ਭਾਵ ਹੈ ਇਹਦਾ, ਉਹ ਹੈ ਇਸਤਰੀ ਦੇ ਅੰਦਰ ਹੀਣ ਭਾਵਨਾ ਪੈਦਾ ਕਰਨੀ ਕਿ ਤੈਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ। ਜੇ ਉਹਨੂੰ ਮਜ਼ਬੂਤ ਬਣਾਇਆ ਹੁੰਦਾ ਕਿ ਉਹ ਮਰਦ ਨਾਲ ਮੁਕਾਬਲਾ ਨਹੀਂ ਕਰ ਸਕਦੀ? ਗੁਰੂ ਪਾਤਸ਼ਾਹ ਜੀ ਨੇ ਐਸੀਆਂ ਬੀਬੀਆਂ ਤਿਆਰ ਕੀਤੀਆਂ ਜਿਹੜੀਆਂ ਜੰਗ ਲੜੀਆਂ ਨੇ, ਤੇ ਜੇ ਅਸੀਂ ਉਹਨੂੰ ਬਣਾ ਹੀ ਇਹ ਰੱਖਿਆ ਵੀ ਇਹ ਅੱਬਲਾ ਹੈ, ਇਹਦੇ ਅੰਦਰ ਬਲ ਹੀ ਕੋਈ ਨਹੀਂ ਹੈ, ਉਹਦੇ ਅੰਦਰ ਹੋਰ ਹੀਣ ਭਾਵਨਾ ਭਰਤੀ ਵੀ ਤੂੰ ਆਪਣੀ ਰੱਖਿਆ ਆਪ ਕਦੇ ਨਹੀਂ ਕਰ ਸਕਦੀ। ਮਨੋ ਸਿਮਰਤੀ ਦੇ ਵਿੱਚ ਲਿਖਿਆ ਕਿ ਜਿਹੜੀ ਬੱਚੀ ਹੈ ਉਹਦੀ ਰੱਖਿਆ ਬਚਪਨ ਵਿੱਚ ਪਿਤਾ ਕਰਦਾ, ਜਵਾਨੀ ਵਿੱਚ ਪਤੀ ਕਰਦਾ, ਬੁਢੇਪੇ ਵਿੱਚ ਬੱਚੇ ਰਖਵਾਲੀ ਕਰਦੇ ਨੇ।
ਔਰਤ ਨੂੰ ਕਿਸੇ ਹਾਲਤ ਵਿੱਚ ਵੀ ਸੁਤੰਤਰ ਛੱਡਣਾ ਠੀਕ ਨਹੀਂ, ਇਹ ਮਨੁਸਮ੍ਰਿਤੀ 'ਚ ਲਿਖਿਆ ਹੋਵੇ। ਜਦੋਂ ਸ਼ੁਰੂ ਤੋਂ ਇੱਥੇ ਸਿੱਖਿਆ ਹੀ ਇਹੋ ਜਿਹੀ ਦਿੱਤੀ ਜਾ ਰਹੀ ਹੈ ਅਤੇ ਔਰਤ ਅੰਦਰ ਵੀ ਹੀਣ ਭਾਵਨਾ ਆ ਗਈ। ਜੇ ਕੋਈ ਕੈਦੀ ਕੜੀਆਂ ਨੂੰ ਹੀ ਦੱਸੋ, ਗਹਿਣੇ ਸਮਝ ਲਏ ਤਾਂ ਕਿਵੇਂ ਛੁੱਟੇਗਾ। ਜੇ ਹੁਣ ਇਹ ਭੈਣਾਂ ਹੀ ਇਹ ਸਮਝ ਲੈਣ ਵੀ ਇਹ ਤਾਂ ਬੜਾ ਚੰਗਾ ਕੰਮ ਹੈ ਰੱਖੜੀ ਬੰਨਣਾ ਹੀ, ਅਤੇ ਉਹ ਕਿਵੇਂ ਛੁੱਟਣਗੀਆਂ। ਔਰ ਦੇਖੋ ਕਈ ਕਹਿੰਦੇ ਜੀ ਇਹ ਪਿਆਰ ਦਾ ਤਿਉਹਾਰ ਹੈ, ਕੀ ਇੱਕ ਧਾਗਾ ਬੰਨਣ ਨਾਲ ਪਿਆਰ ਰਹਿੰਦਾ ਹੈ? ਉਹਦਾ ਪਿਆਰ ਨਹੀਂ ਰਹਿੰਦਾ, ਸਾਲ 'ਚ ਇੱਕ ਵਾਰੀ ਪਿਆਰ ਪੈਦਾ ਹੁੰਦਾ। ਕਈ ਕਹਿੰਦੇ ਨਹੀਂ ਜੀ ਚਲਿਆ ਆ ਰਿਹਾ ਰੀਤੀ ਰਿਵਾਜ਼ 'ਚ, ਕੀ ਫਰਕ ਪੈਂਦਾ ਜੀ। ਫਰਕ ਕਿਉਂ ਨਹੀਂ ਪੈਂਦਾ? ਇਹ ਬੜੇ ਵੱਡੇ ਸਿਧਾਂਤ ਦੀ ਉਲੰਘਣਾ ਹੋ ਜਾਂਦੀ ਹੈ ਗੁਰਮਤਿ ਸਿਧਾਂਤ ਦੀ, ਕਿ ਔਰਤ ਨੂੰ ਨੀਵਾਂ ਗੁਰੂ ਸਾਹਿਬ ਨਹੀਂ ਮੰਨਦੇ ਹਨ ਵੀ ਇਹ ਸ਼ੁੱਧਰ ਹੈ, ਇਹ ਨੀਵੀਂ ਹੈ। ਸਾਨੂੰ ਪਤਾ ਹੋਣਾ ਚਾਹੀਦਾ ਸਨਾਤਨ ਮਤ ਦੇ ਵਿੱਚ ਔਰਤ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ, ਉਹਨੂੰ ਕਿਸੇ ਧਾਰਮਿਕ ਕਿਰਿਆ 'ਚ ਹਿੱਸਾ ਨਹੀਂ ਲੈਣ ਦਿੱਤਾ ਜਾਂਦਾ। ਉਹ ਜੱਗ 'ਚ ਨਹੀਂ ਬੈਠ ਸਕਦੀ, ਉਹ ਹਵਨ ਨਾ ਕਰ ਸਕਦੀ ਹੈ ਨਾ ਕਰਾ ਸਕਦੀ ਹੈ, ਉਹ ਬੈਠ ਨਹੀਂ ਸਕਦੀ ਵਿੱਚ ਹਵਨ ਦੇ, ਭਾਵ ਉਹ ਜ਼ਿੰਮੇਵਾਰੀ ਧਾਰਮਿਕ ਨਹੀਂ ਨਿਭਾ ਸਕਦੀ। ਪਰ ਇੱਥੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਉੱਚਾ ਚੁੱਕਿਆ ਹੈ। ਸਿੱਖ ਧਰਮ ਦੇ ਅੰਦਰ ਜਦੋਂ ਰਹਿਤ ਮਰਿਆਦਾ ਖਾਲਸਿਆਂ ਤਿਆਰ ਕੀਤੀ ਹੈ, ਉਹ 'ਚ ਵੇਖੋ ਲਿਖਿਆ ਹੋਇਆ ਵੀ ਬੀਬੀ ਵੀ ਪੰਜ ਪਿਆਰਿਆਂ 'ਚ ਸ਼ਾਮਿਲ ਹੋ ਕੇ ਅੰਮ੍ਰਿਤ ਸੰਚਾਰ ਕਰ ਸਕਦੀ ਹੈ, ਪੰਜ ਪਿਆਰਿਆਂ 'ਚ ਸ਼ਾਮਿਲ ਹੋ ਸਕਦੀ ਹੈ, ਔਰ ਐਡਾ ਵੱਡਾ ਅਧਿਕਾਰ, ਸਭ ਕੁਝ ਕਰ ਸਕਦੀ, ਕੀਰਤਨ ਕਰ ਸਕਦੀ, ਕਥਾ ਕਰ ਸਕਦੀ, ਗ੍ਰੰਥੀ ਦੀ ਡਿਊਟੀ ਕਰ ਸਕਦੀ, ਉਹ ਵੱਖਰੀ ਗੱਲ ਉਹ ਨਾ ਕਰੇ, ਪਰ ਅਧਿਕਾਰ ਹੈ ਸਿੱਖ ਧਰਮ ਦੇ ਵਿੱਚ। ਜੇ ਅਸੀਂ ਪਿਛੋਕੜ ਵੇਖੀਏ, ਕਿਉਂਕਿ ਉਸ ਵਕਤ ਦੀ ਹਾਲਾਤ ਵਿੱਚ ਬੈਠ ਕੇ ਫਿਰ ਸਿੱਖ ਧਰਮ ਨੂੰ ਸਮਝੀਏ ਤਾਂ ਪਤਾ ਲੱਗਦਾ ਔਰਤ 'ਤੇ ਉਦੋਂ ਕਿੰਨੇ ਜ਼ੁਲਮ ਹੋਏ। ਜੇ ਪਤੀ ਮਰ ਗਿਆ ਤਾਂ ਉਹਨੂੰ ਚੱਕ ਕੇ ਚਿਖਾ ਦੇ ਵਿੱਚ ਸਾੜ ਦਿੱਤਾ, ਜਦੋਂ ਗੁਰੂ ਸਾਹਿਬ ਨੇ ਇਹਦਾ ਵਿਰੋਧ ਕੀਤਾ ਗੁਰੂ ਅਮਰਦਾਸ ਜੀ ਨੇ, ਅਤੇ ਲੋਕਾਂ ਨੇ ਗੁਰੂ ਅਮਰਦਾਸ ਜੀ ਦਾ ਵੀ ਵਿਰੋਧ ਕੀਤਾ, ਔਰ ਅਕਬਰ ਤੱਕ ਸ਼ਿਕਾਇਤਾਂ ਪਹੁੰਚਾਈਆਂ, ਮਹਾਰਾਜ ਨੇ ਭਾਈ ਜੇਠਾ ਜੀ ਨੂੰ ਭੇਜਿਆ, ਉਹਨਾਂ ਪੱਖ ਸਾਰਾ ਸਮਝਾਇਆ, ਅਤੇ ਅਕਬਰ ਨੂੰ ਸਮਝ ਲੱਗ ਗਈ ਗੁਰੂ ਸਾਹਿਬ ਠੀਕ ਨੇ। ਉਸ ਵਕਤ ਵਿਰੋਧਤਾ ਕੀਤੀ, ਗੁਰੂ ਸਾਹਿਬ ਨੇ ਵਿਧਵਾ ਵਿਆਹ ਕਰਵਾਏ ਨੇ, ਔਰ ਘੁੰਡ ਦੀ ਪ੍ਰਥਾ ਸੀ, ਗੁਰੂ ਸਾਹਿਬ ਨੇ ਘੁੰਡ ਚੁਕਾਇਆ, ਪਰ ਵੇਖਣ ਵਿੱਚ ਆਇਆ ਜਿਵੇਂ ਆਹ ਰੀਤੀ ਰਿਵਾਜ਼ ਚਲੀ ਜਾਂਦੇ ਨੇ ਨਾ ਰੱਖੜੀ ਦਾ, ਵਰਤ ਗੁਰੂ ਨੇ ਛਡਾਇਆ ਵੀ ਵਰਤ ਨਹੀਂ ਰੱਖਣਾ। ਭਾਈ ਕਿਸੇ ਦੀ ਉਮਰ ਲੰਬੀ ਨਹੀਂ ਹੁੰਦੀ, ਪਰ ਭੈਣਾਂ ਬੜੇ ਸ਼ੌਂਕ ਨਾਲ ਰੱਖੀ ਬੈਠੀਆਂ ਨੇ। ਉਹ ਕਿਉਂ ਸੀ ਵੀ ਤੂੰ ਵਰਤ ਰੱਖ ਇਹਦੇ ਵਾਸਤੇ, ਇਹ ਮਰ ਗਿਆ ਤੇ ਤੈਨੂੰ ਚਿਖਾ 'ਚ ਸੁੱਟ ਦੇਣਾ। ਦੂਸਰੇ ਪਾਸੇ ਜੇ ਪਤਨੀ ਗੁਜ਼ਰ ਜਾਏ ਫਿਰ ਉਹ ਪਤੀ ਹੋਰ ਵਿਆਹ ਕਰਾ ਸਕਦਾ ਹੈ, ਭਾਵੇਂ ਅਜੇ ਸਿਵਾ ਵੀ ਠੰਡਾ ਨਾ ਹੋਇਆ ਹੋਵੇ, ਚਿਖਾ ਵੀ ਠੰਡੀ ਨਾ ਹੋਈ ਹੋਵੇ। ਕਿੱਡਾ ਵੱਡਾ ਬਿਤਕਰਾ ਕੀਤਾ ਗਿਆ ਇਸ ਧਰਤੀ 'ਤੇ, ਗੁਰੂ ਨੇ ਬਰਾਬਰ ਖੜੇ ਕੀਤਾ ਸੀ, ਕਹਿੰਦੇ ਫਿਰ ਕੀ ਹੋਇਆ ਜੀ, ਵਰਤ ਰੱਖਣ 'ਚ ਕੀ ਹੋ ਜਾਂਦਾ ਇੱਕ ਦਿਨ? ਸਿਧਾਂਤ ਦੀ ਉਲੰਘਣਾ, ਵਰਤ ਮਨਾ ਕੀਤਾ ਗੁਰੂ ਨੇ ਵੀ ਕਰਵਾ ਚੌਥ ਦਾ ਵਰਤ ਨਹੀਂ ਰੱਖਣਾ, ਕਿਸੇ ਪ੍ਰਕਾਰ ਦਾ ਵੀ ਵਰਤ ਨਹੀਂ ਰੱਖਣਾ, ਜੇ ਰੱਖਣਾ ਤਾਂ ਅੱਖਾਂ ਦਾ ਵਰਤ ਰੱਖੋ, ਇਹ ਬੁਰਾ ਨਾ ਵੇਖਣ, ਕੰਨ ਬੁਰਾ ਨਾ ਸੁਣ, ਮਨ ਬੁਰਾ ਨਾ ਕਰੇ, ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਵਰਤ ਸੰਪੂਰਨ ਪਏ। ਸਿੱਖ ਨੇ ਤਾਂ ਸਾਰਿਆਂ ਦੀ ਰੱਖਿਆ ਕਰਨੀ, ਇੱਥੋਂ ਤੱਕ ਕਿ ਬੀਬੀਆਂ ਨੇ ਵੀ ਰੱਖਿਆ ਕਰਨੀ, ਆਪਣੀ ਵੀ ਅਤੇ ਦੂਸਰਿਆਂ ਦੀ ਵੀ। ਜੇ ਬੀਬੀਆਂ ਦੀ ਰੱਖਿਆ ਕਰਨੀ ਪੈ ਗਈ ਫਿਰ ਤਾਂ ਦੱਸੋ ਕਿੱਥੇ ਹਾਲਾਤ ਸਾਡੀ ਚਲੇਗੀ, ਗੁਰੂ ਨੇ ਕਿੱਥੋਂ ਚੁੱਕ ਕੇ ਸਾਨੂੰ ਕਿੱਥੇ ਪਹੁੰਚਾਇਆ, ਅਤੇ ਅਸੀਂ ਫਿਰ ਉਹਨਾਂ ਹੀ ਜਾ ਕੇ ਢੈਂਦੀਆਂ ਕਲਾਂ ਦੇ ਵਿੱਚ ਉੱਥੇ ਹੀ ਡਿੱਗ ਗਏ। ਬਲਕਿ ਸਿੰਘਣੀਆਂ ਵੀ ਤਿਆਰ ਵਾਰ ਤਿਆਰ ਹੋਣੀ ਚਾਹੀਦੀ, ਉਹਨਾਂ ਕੋਲ ਸ਼ਸਤਰ ਹੋਣਾ ਚਾਹੀਦਾ, ਜੋ ਅੱਜ ਕੱਲ੍ਹ ਰੇਪ ਕੇਸ ਹੋ ਰਹੇ ਨੇ। ਜੇ ਬੀਬੀਆਂ ਤਿਆਰ ਵਾਰ ਤਿਆਰ ਹੋਣ ਤਾਂ ਕਿਸੇ ਦੀ ਕੀ ਜ਼ਰੂਰਤ ਹੈ ਕੋਈ ਹੱਥ ਪਾ ਜੇ, ਪਰ ਜਦੋਂ ਉਹਨਾਂ ਹੀ ਸ਼ਸਤਰ ਛੱਡ ਦਿੱਤੇ ਨੇ ਤੇ ਐਸਾ ਕੁਝ ਹੋ ਰਿਹਾ, ਜਦੋਂ ਕਿਹਾ ਹੀ ਅੱਬਲਾ ਹੈ ਤੂੰ, ਤੂੰ ਬਚ ਹੀ ਨਹੀਂ ਸਕਦੀ, ਤੂੰ ਆਪਣੀ ਮਦਦ ਆਪ ਕਰ ਹੀ ਨਹੀਂ ਸਕਦੀ, ਤੇਰੇ ਵਾਸਤੇ ਮਰਦੀ ਚਾਹੀਦਾ ਹੈ ਤੇਰੀ ਮਦਦ ਕਰੇ। ਪਰ ਵੇਖੋ ਗੁਰੂ ਨੇ ਬੜਾ ਉੱਚਾ ਸਾਨੂੰ ਸਿਧਾਂਤ ਦਿੱਤਾ, ਭੈਣਾਂ ਬੀਬੀਆਂ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਇਸ ਕਰਮ ਕਾਂਡ ਨੂੰ ਆਪਣੇ ਘਰ 'ਚੋਂ ਬਾਹਰ ਸੁੱਟ ਦਿਓ, ਚੁੱਕ ਕੇ ਬਾਹਰ ਸੁੱਟ ਦਿਓ। ਕਈ ਵਾਰੀ ਕੀ ਹੁੰਦਾ, ਅਗਿਆਨੀ ਬੰਦਾ ਜਿਹਨੂੰ ਨਹੀਂ ਸੀ ਸਮਝ ਉਹ ਕਰ ਰਿਹਾ ਸੀ, ਸਮਝ ਆਈ ਉਹਨੇ ਛੱਡ ਦਿੱਤਾ। ਪਰ ਕਈ ਵਾਰੀ ਅਸੀਂ ਢੀਠ ਇਤਨੇ ਹੋ ਜਾਂਦੇ ਹਾਂ, ਭਾਵੇਂ ਲੱਖ ਵਾਰੀ ਕਹੀ ਜਾਓ ਪਰ ਉਹ ਢੀਠ ਦੇ ਢੀਠ ਹੀ ਰਹਿੰਦੇ ਨੇ, ਉਹ ਮੰਨਦੇ ਹੀ ਨਹੀਂ ਹਨ। ਕਹਿਆ ਮੋੜਨਾ ਨਹੀਂ, ਡੱਕਾ ਤੋੜਨਾ ਨਹੀਂ, ਪ੍ਰਣਾਲਾ ਉੱਥੇ ਦਾ ਉੱਥੇ। ਭਾਈ ਜੀਵਨ ਬਦਲਣਾ ਚਾਹੀਦਾ, ਵਰਤ ਹੈ, ਸ਼ਰਾਧ ਹੈ, ਕਿੰਨੇ ਸ਼ਰਾਧ ਚਲੀ ਜਾ ਰਹੇ ਨੇ, ਜਦੋਂ ਕਿ ਸ਼ਰਾਧ ਮਨਾ ਕੀਤਾ ਗਿਆ ਹੈ। ਔਰ ਸਪਸ਼ਟ ਆਸਾ ਦੀ ਵਾਰ 'ਚ ਰੋਜ਼ ਪੜਿਆ ਜਾਂਦਾ ਹੈ, ਜੇ ਮੁਹਾਕਾ ਘਰ ਮੋਹੈ ਘਰ ਮੋਹੈ ਪਿਤਰੀ ਦੇ, ਅੱਗੇ ਬਹੁਤ ਸਜਾਣੀ ਹੈ ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਬੀ ਇਹ ਕਰੇ, ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ।
ਉਹ ਵੀ ਸ਼ਰਾਧ ਅਸੀਂ ਕਰੀ ਜਾਂਦੇ। ਉਹਨਾਂ ਦੇ ਵਿੱਚ ਇੱਕ ਸ਼ਰਾਧ ਹੁੰਦਾ ਜਿਹੜਾ ਉਸ ਦਿਨ ਕੀਤਾ ਜਾਂਦਾ ਜਦੋਂ ਪ੍ਰਾਣੀ ਚੜ੍ਹਾਈ ਕਰਦਾ, ਉਹ ਸਾਡੇ 'ਚ ਬਰਸੀ ਬਣ ਕੇ ਆ ਗਿਆ ਰੂਪ ਬਦਲ ਕੇ, ਜਦੋਂ ਕਿ ਮਰਿਆਦਾ 'ਚ ਲਿਖਿਆ ਹੋਇਆ ਦੁਸਹਿਰੇ ਤੋਂ ਬਾਅਦ ਪ੍ਰਾਣੀ ਮ੍ਰਿਤਕ ਪ੍ਰਾਣੀ ਦੀ ਕੋਈ ਰਸਮ ਬਾਕੀ ਨਹੀਂ ਰਹਿ ਜਾਂਦੀ, ਪਰ ਅਸੀਂ ਉਹ ਫਿਰ ਬਰਸੀਆਂ 'ਚ ਬਣਾ ਦਿੱਤੀ ਹੈ, ਸਾਲ ਬਾਅਦ ਬਰਸੀਆਂ। ਫਿਰ ਮਰਿਆਦਾ 'ਚ ਲਿਖਿਆ ਹੈ ਜਿਹੜੀਆਂ ਅਸਤ ਨੇ ਜਦੋਂ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ, ਅੰਗੀਠਾ ਸੰਭਾਲਣਾ ਹੈ ਨਾ, ਉਹ ਲਾਗੇ ਬਹਿੰਦੇ ਪਾਣੀ ਵਿੱਚ ਵਹਾ ਦਿੱਤਾ ਜਾਵੇ, ਸਪੈਸ਼ਲ ਲਿਖਿਆ ਵਿੱਚ ਪਤਾਲਪੁਰੀ ਜਾਂ ਗੰਗਾ ਲੈ ਕੇ ਜਾਣਾ ਮਨ ਮਤ ਹੈ, ਪਰ ਵੇਖੋ ਉਹ ਫਿਰ ਵੀ ਚਲਿਆ ਜਾਂਦਾ ਸੀ, ਗੰਗਾ ਨਾ ਕਰਕੇ ਪਤਾਲਪੁਰੀ ਬਣਾ ਲਈ, ਰੂਪ ਚੇਂਜ ਕੀਤਾ, ਕੰਮ ਉੱਥੇ ਦਾ ਉੱਥੇ ਹੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਸਮਝ ਆਏ ਅਸੀਂ ਗੁਰੂ ਦੇ ਸਿਧਾਂਤ ਤੇ ਪਹਿਰਾ ਦੇ ਸਕੀਏ, ਚੱਲ ਸਕੀਏ। ਭੁੱਲਾ ਚੁੱਕਾਂ ਲਈ ਖਿਮਾ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਦਾਸ ਨੂੰ ਆਪ ਗੁਰਸੰਗਤਾਂ ਦੀ ਸੇਵਾ ਵਿੱਚ 2 ਦਿਨ ਦਾ ਮੌਕਾ ਦਿੱਤਾ ਵਿਚਾਰ ਕਰਨ ਵਾਸਤੇ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ, ਗ੍ਰੰਥੀ ਸਿੰਘ ਸਾਹਿਬਾਨ ਦਾ ਧੰਨਵਾਦ। ਸਤਿਗੁਰੂ ਜੀ ਰਹਿਮਤ ਕਰਨ, ਮਿਹਰ ਕਰਨ, ਪਾਵਨ ਵਿਚਾਰ ਗੁਰੂ ਦੀ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾ ਚੁੱਕਾ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।